प्रोग्राम वन टू वन विच तुहाडा स्वागत है। पहले भाग विच असीं हरकेश सिंह सिद्धू नाल गल कीती सी, उन्हां दा जो सरपंची तो लैके डीसी तक का सफ़र है वह SDM तक का पहुँच गया। SDM तो अगे वह DC किवें बने जां फिर होरना उहदे ते वह किवें पहुँचे जां फिर DC दौरान किस तरह दीआं दिक्कतां आईआं जां किस तरह दे वड्डे आपां कहिंदे फैसले कीते जां किस तरह दे एक्शन कीते उत्ते भी गल करांगे। सिद्धू साहब, SDM तक दीआं तां आपां गल्लां हो गईआं, पंजवीं क्लास तो लैके दूजी तीजियां सारियां गल्लां होंगे, दसवीं तक पढ़ाई का तुहाडा आ गया, कंपीटीशन का आ गया, जिहड़ा फिर DC तक कुर्सी तक पहुँचनी तुहाडी बाकी सी गलबात, उहदे बारे की कहना ते किवें फिर DC बनण दा सबब बणिआ? उदों बाद जी मैनू जो मैं इतने पटियाले कमिश्नर रहा कारपोरेशन का, फिर मैं बड़े तकड़े फैसले ले PCS सी कमिश्नर सी जो PCS सी तो जोड़े उस वे मेयर सीगे ते वो पोलिटिकली बड़े स्ट्रोंग सीगे ना, उदो मेयर नहीं सीगा, जोड़े MLA सी MLA होंदे सी, उदो मंत्री सीगे कोहली साहब, छोटे विचाले कोहली साहब, ਤਾਂ ਹਾਂ ਉਹਨਾਂ ਨੂੰ ਮੇਰਾ ਪਹਿਲਾਂ ਲਵਾਇਆ ਵੀ ਉਹਨਾਂ ਨੇ ਟੋਡਾ ਸਾਹਿਬ ਨੂੰ ਕਹਿ ਕੇ, ਫਿਰ ਉਹਨਾਂ ਨੂੰ ਉਹਨਾਂ ਦੀ ਆਪਦੀ ਨੇਚਰ ਸੀ, ਮੇਰੀ ਆਪਦੀ ਨੇਚਰ ਸੀਗੀ, ਅਖੀਰੀ ਉਹਨਾਂ ਨੇ ਮੈਨੂੰ ਬੜੇ ਜ਼ੋਰ ਤਾਣ ਲਾ ਕੇ ਬਦਲਾਇਆ। ਮੇਰੀ ਬਦਲੀ ਕਰਾਉਣ ਲੱਗੇ ਕੋਈ ਕਿਸੇ ਅਕਾਲੀ ਨੇਤਾ ਨੇ ਪੈਸੇ ਵੀ ਜਿਹੜੇ ਸੀਗੇ ਉਹ ਲਏ, ਕਿਤੋਂ ਲਏ, ਕਿੰਨੇ ਲਏ, ਇਹ ਮੈਂ ਕਹਿੰਦਾ ਮੈਂ ਤੂੰ ਕਰਾਉਣਾ ਸੀ ਅਤੇ ਮੈਨੂੰ ਅਤੇ ਫਿਰ ਮੈਂ ਬਦਲ ਗਿਆ ਅਤੇ ਮੈਂ ਸਾਈਡ ਲਾਈਨ 'ਤੇ ਮੈਂ PW ਦੇ ਵਿੱਚ ਇੱਕ ADO ਦੀ ਪੋਸਟ ਏਅਰਵੇ ਸਟੇਟ ਦੇ ਡਾਇਰੈਕਟਰ ਜਾਂ ਉਹ ਕਲਰਕ ਟਾਈਪ ਪੋਸਟ ਦਿੰਦੇ, ਮੈਂ ਕਿਹਾ ਜੀ ਮੈਨੂੰ ਪਟਿਆਲਾ ਉਦੋਂ ਪਟਿਆਲਾ ਲਾ ਦਿੱਤਾ ਅਤੇ ਉੱਥੇ ਮੈਂ ਸਾਲ ਕਰਿਆ। ਸਾਲ ਕਰਨ ਤੋਂ ਬਾਅਦ ਫਿਰ ਮੈਂ PRTC ਦਾ MD ਲੱਗਿਆ। PRTC MD ਦੇ ਵਿੱਚ ਉਦੋਂ ਇੱਕ MLA ਸੀ ਅਕਾਲੀ ਦਲ ਦੇ, ਅਕਾਲੀ ਪਾਰਟੀ ਦੇ, ਬਹੁਤ ਉਹ ਕਰਪਟ ਸੀ, ਬਹੁਤ ਛੱਗੀ ਠੋਰੀ ਮਾਰਦਾ। ਮੈਂ CM ਨੂੰ ਦੱਸਿਆ ਕਿ ਜੀ ਇਸ ਤਰ੍ਹਾਂ ਕਰੇ, ਮੈਨੂੰ ਕਹਿੰਦੇ ਕਾਕਾ ਉਹਦੇ ਚੇਅਰਮੈਨ ਬਣੇ ਸੀ PRTC ਤੋਂ, ਓਕੇ, ਕਹਿੰਦੇ ਕਾਕਾ ਉਹਦੇ 'ਤੇ ਚੌਕਸੀ ਰੱਖੋ। ਮੈਂ ਜੀ ਜੇ ਕੋਈ ਹਮ ਉਹਨੂੰ ਵਿਜੀਲੈਂਸ ਤੋਂ ਫੜਾ ਦਿੰਦੇ ਨਹੀਂ ਕਾਕਾ ਬਦਨਾਮੀ ਹੋ ਜੂਗੀ ਪਾਰਟੀ ਦੀ, ਭਾਜੀ ਪੈਸੇ ਕਹਿੰਦੇ ਬਾਦਲ ਸਾਹਿਬ ਕਹਿੰਦੇ। ਹਾਂ ਭਾਜੀ, ਮੇਰੀ ਇਹ ਹਾਲਤ ਹੈ ਜਿਵੇਂ ਨਾ ਘਰ 'ਚ ਕੋਈ ਅਮਲੀ ਹੋਵੇ ਕਿ ਕਦੇ ਕੌਲੀ ਵੇਚਤੀ, ਕਦੇ ਬਾਟੀ ਵੇਚਤੀ, ਕਦੇ ਕੁਛ ਵੇਚਦਾ, ਵੀ ਉਦੋਂ ਜਿੰਦੇ ਕੂੜੇ ਲਾ ਕੇ ਜਾਓ। ਭਾਜੀ ਕਦਰ ਉਹ ਚੰਡੀਗੜ੍ਹ ਦੇ ਡੀਪੂ 'ਚ ਜਾ ਕੇ ਉਹਨੇ ਕੈਸ਼ੀਅਰ ਦੇ ਗੱਲੇ 'ਚੋਂ 15,000 ਰੁਪਇਆ ਕੱਢ ਲਿਆ। ਕਹਿੰਦਾ ਮੈਂ ਕੱਲ੍ਹ ਨੂੰ ਜਮ੍ਹਾਂ ਕਰਾਊਂਗਾ, ਮੈਂ ਉਹਦੀ ਵਿਧਾਨ ਸਭਾ 'ਚ ਕਿਸ਼ਤ ਭਰਨੀ ਹੈ। ਮੈਂ ਉਹਨਾਂ ਨੂੰ ਕਿਹਾ ਵੀ ਉਹ ਜਿਹੜਾ ਸਾਡਾ ਗੇਟ ਹੁੰਦਾ ਮੇਨ 'ਤੇ, ਮੈਂ ਗੇਟ ਦੇਖ ਕੇ ਇਹਦੀ ਗੱਡੀ 'ਤੇ ਲੰਘਣ ਨਾ ਦਿਓ। ਮੈਨੂੰ GM ਕਹਿਣ ਲੱਗਾ ਜੀ ਬਦਨਾਮੀ ਹੋ ਜੂ ਜੀ, ਮੈਂ ਆਪੀ ਭਰ ਦੂੰ, ਭਾਈ ਨੇ ਭਰਨੇ ਨਹੀਂ, ਮੈਂ ਤੂੰ ਭਰੇਗਾ, ਇਹ ਨਹੀਂ ਭਰ ਦੂੰ ਜੀ। ਅਤੇ ਮਤਲਬ ਉਹ ਸਾਰੀ ਗੱਲ ਸੀ ਅਤੇ CM ਸਾਹਿਬ ਨੇ ਕਿਹਾ ਜੀ ਕਾਕਾ ਫੜਾਉਣਾ ਤਾਂ ਹੀ ਨਹੀਂ, ਫਿਰ ਬਦਨਾਮੀ ਹੋ ਜੂਗੀ। ਅਤੇ ਮਤਲਬ ਉੱਥੇ ਵੀ ਮੇਰਾ ਉਹਦੇ ਨਾਲ ਹੋਇਆ। ਉਦੋਂ ਬਾਅਦ ਫਿਰ ਇਲੈਕਸ਼ਨ ਆ ਗਈ ਇਹਦੀ ਅਸੈਂਬਲੀ ਦੀ, ਅਸੈਂਬਲੀ ਦੀ ਇਲੈਕਸ਼ਨ 2012 ਦੀ, 2002 ਦੀ ਜਿਹੜੀ ਇਲੈਕਸ਼ਨ ਹੋਈ ਸੀ, ਤਾਂ 2001 ਦੇ ਲਾਸਟ ਦੇ ਵਿੱਚ ਹੀ ਜਿਹੜੇ ਬਦਲੇ ਹੋਣੇ ਸੀ, ਇੱਥੇ 8-7 ਸਾਲ ਮੇਰੇ ਹੋ ਗਏ ਸੀਗੇ, ਭਾਵੇਂ ਹੈੱਡ ਆਫ ਦੀ ਜਿਹੜੀ ਪੋਸਟ ਹੈ ਸਟੇਟ ਲੈਵਲ ਦੀ ਪੋਸਟ ਸੀਗੀ, ਪਰ ਫਿਰ ਵੀ ਮੈਨੂੰ ਬਦਲ ਕੇ ਮੈਂ ਜਲੰਧਰ ਲਾਤਾ ਐਡਮਿਨਿਸਟ੍ਰੇਟਰ ਦਾ ਆਪਣੇ ਦਾ, ਭੂਟਾ ਦਾ। ਜਲੰਧਰ ਇਲੈਕਸ਼ਨਾਂ ਹੋਈਆਂ, ਇਲੈਕਸ਼ਨ ਦੇ ਵਿੱਚ ਕਾਂਗਰਸ ਦੀ ਗੌਰਮੈਂਟ ਆਈ ਤਾਂ ਪਰਤਿੰਦਰ ਚਹਿਲ ਸਿਨਹਾ ਹੋਰੀ ਜਿਹੜੇ ਸੀ ਮੇਰੇ 'ਤੇ ਉਹ ਬੜੇ ਔਖੇ ਸੀਗੇ ਪਹਿਲਾਂ ਤੋਂ ਹੀ, ਉਹਨਾਂ ਨੇ ਮੇਰੀ ਬਦਲੀ ਫਿਰ ਫਰੀਦਕੋਟ ਦੀ ਕਰਾਤੀ, ADC ਫਰੀਦਕੋਟ, ਕਿ ਵੀ ਇਹ ਘਰੇ ਨਾ ਆ ਸਕੇ, ਦੂਰ ਰਹੇ, ਉਹ ਕਿਤੇ ਨੇ ਕੁਛ ਨਹੀਂ ਕਰਨਾ। ਅਤੇ ਉੱਥੇ ਵੀਰੂ ਪ੍ਰਸ਼ਾਦ ਮੇਰੇ DC ਸੀਗੇ, ਮੈਂ ਉਹਨਾਂ ਨੂੰ ਕਿਹਾ ਭਾਅ ਜੀ ਮੈਨੂੰ ਸਜ਼ਾ ਦੇ ਤੌਰ 'ਤੇ ਭੇਜਿਆ, ਮੈਂ ਤੁਹਾਡਾ ਕੋਈ ਕੰਮ ਰੋਕਦਾ ਨਹੀਂ, ਕੁਛ ਨਹੀਂ ਕਰਦਾ, ਪਰ ਮੈਂ ਹਰ ਸੈਟਰਡੇ ਨੂੰ ਆਪਣੇ ਪਿੰਡ ਜਾਊਂਗਾ, ਘਰੇ ਜਾਊਂਗਾ, ਅਤੇ ਸੋਮਵਾਰ ਨੂੰ ਆਊਂਗਾ, ਤੁਹਾਡਾ ਕੰਮ 16-17 ਨਹੀਂ ਕਰੂੰਗਾ, ਕਦੇ ਇਹ ਹੈਲਪ ਠੋਟ ਕੇ ਇਹੀ ਬਸ ਓਨੈਸਟ ਮੈਨ ਐਸ DC ਮੈਨਾਂ ਨੇ ਬਹੁਤ ਕੀਤਾ। ਅਤੇ ਉੱਥੇ ਮੈਂ ਜਿਹੜੀ ਦੱਸਣ ਵਾਲੀ ਗੱਲ ਹੈ, ਮੈਂ ਇੱਕ ਸਾਰੇ ਹਾਰਟੀਕਲਚਰ ਜਿਹਦੇ ਐਗਰੀਕਲਚਰ ਪਿਗਰੀ ਡੇਅਰੀ ਅਤੇ ਸਾਰੇ ਜਿਹਦੇ ਐਗਰੀਕਲਚਰ ਨਾਲ ਰਿਲੇਟਡ ਨੇਗੇ, ਉਹਨਾਂ ਦੇ ਬੁਲਾ ਕੇ ਕਿ ਵੀ ਸਾਂਝੀ ਖੇਤੀ ਦਾ ਕਨਸੈਪਟ ਦਾ ਇੱਕ ਕੀਤਾ। ਰਸ਼ੀਆ ਦੇ ਵਿੱਚ ਸੀਗੀ ਇੱਕ ਸਾਂਝੀ ਖੇਤੀ ਦਾ ਕਨਸੈਪਟ ਹੋਇਆ ਸੀਗਾ, ਜਿਹੜਾ 1999 'ਚ ਆ ਕੇ ਫੇਲ ਹੋ ਗਿਆ ਸੀਗਾ, ਜਦੋਂ ਉੱਥੇ ਰਸ਼ੀਆ ਟੁੱਟਿਆ, ਅੰਨ ਦਾ ਸੰਕਟ ਆ ਗਿਆ ਸੀਗਾ। ਤਾਂ ਉੱਥੋਂ ਕੁਛ ਬੰਦੇ ਜਿਹੜੇ ਸੀ ਮੁਸਲਿਮ ਦੇ, ਕੁਛ ਯਹੂਦੀ ਸੀ ਜਿਹੜੇ, ਅਤੇ ਉਹ ਚਲੇ ਗਏ ਸੀ ਇਜ਼ਰਾਇਲ ਦੇ ਚਲੇ ਗਏ ਸੀ। ਤਾਂ ਉਹ ਕਿਉਂਕਿ ਉੱਥੇ ਜਿਹੜਾ ਉੱਥੇ ਸੀ, ਕਿਉਂਕਿ ਪਰੋਖੋ ਦੇ ਮੁਤਾਬਕ ਉਹਨੂੰ ਜਿਹੜਾ ਹੈਗਾ ਮਿਲਣਾ ਚਾਹੀਦਾ ਰੁਜ਼ਗਾਰ,
ਅਤੇ ਸਮਰੱਥਾ ਦੇ ਮੁਤਾਬਕ ਉਹ ਕੰਮ ਕਰੂਗਾ ਜਿਹਨੂੰ ਵੀ ਸਮਰੱਥਾ ਹੈ। ਅਤੇ ਉਸ ਕੰਸੈਪਟ ਨੇ ਸਾਰੇ ਮਰਜ਼ ਵੀ ਕਰਪਟ ਹੋ ਗਏ ਅਲਟੀਮੇਟਲੀ। ਫਿਰ ਇੱਕ ਕੰਸੈਪਟ ਉੱਥੇ ਜਿਹੜੇ ਸੀਗੇ ਨਾ, ਇੱਕ ਤਾਂ ਉਹ ਮਾਡਲ ਸੀਗਾ ਸਾਂਝੀ ਖੇਤੀ ਦਾ, ਇਹਦਾ ਆਪਣੇ ਦਾ ਰਸ਼ੀਆ ਦਾ, ਇੱਕ ਇਜ਼ਰਾਇਲ ਦਾ। ਇਜ਼ਰਾਇਲ ਨੇ ਕੀਤਾ ਕਿ ਉਹਨਾਂ ਨੇ ਹਜ਼ਾਰ ਹਜ਼ਾਰ ਏਕੜ ਜ਼ਮੀਨ ਜਿਹੜੀ ਸੀਗੀ ਉਹ ਦਸ ਦਸ ਪਰਿਵਾਰਾਂ ਨੂੰ ਲੀਜ਼ 'ਤੇ ਦੇ ਦਿੱਤੀ ਕਿ ਤੁਸੀਂ ਇਹਨੂੰ ਕਰੋ, ਤੁਸੀਂ ਇਹਦੀ ਫਸਲ ਬੀਜੋ ਅਤੇ ਤੁਸੀਂ ਸਾਨੂੰ ਜਿਹੜਾ ਦੇਣਾ ਉਹਨੂੰ ਕਿਬੂਜ਼ ਕਹਿੰਦੇ ਨੇ, KIBUS, ਕਿ ਉਹ ਇੱਕ ਸੁਸਾਇਟੀ ਬਣਾ ਤੀ ਜੇ ਉੱਥੇ ਫਸਲਾਂ ਬੀਜਣਗੇ। ਹਾਲਾਂਕਿ ਉੱਥੇ ਕਾਲੇ ਪਾਣੀ ਨੂੰ ਉਹ ਕਰਕੇ ਸਾਫ਼ ਕਰਕੇ ਉਹਦੀ ਡ੍ਰਿਪ ਇਰੀਗੇਸ਼ਨ ਨਾਲ ਕਰਾਉਂਦੇ ਨੇ, ਖੇਤੀ ਜਿਹੜੀ ਆ ਉੱਥੇ ਪਾਣੀ ਦੀ ਬੜੀ ਘਾਟ ਹੈਗੀ। ਲੇਕਿਨ ਉਹ ਉਹਨਾਂ ਦੇ ਸੁਸਾਇਟੀ ਬਣ ਗਈਆਂ ਜਿੱਥੇ ਸਾਰੇ ਉਹਨਾਂ ਦੇ ਬਾਗ ਕੀ ਹੋਰ ਕੀ ਜਿਹੜੀ ਵੀ ਪ੍ਰੋਡਕਟ ਆਉਂਦੀ ਹੈ ਉਹਦੇ ਪ੍ਰੋਡਕਟ ਦੇ ਵਿੱਚ ਉਹ ਆਪਣਾ ਜਿਹੜੀ ਇੰਟਰਨੈਸ਼ਨਲ ਪੱਧਰ 'ਤੇ ਉਹਦੀ ਔਰਗੈਨਿਕ ਵੈਲਿਊ ਹੈ ਅਤੇ ਉਹਦੀ ਸੁਸਾਇਟੀ ਪੋਲੀਟਿਕਸ ਨੂੰ ਵੀ ਉਹ ਬਹੁਤ ਜ਼ਿਆਦਾ ਫੀਡ ਕਰਦੀਆਂ ਸੀਗੀਆਂ। ਮੈਂ ਉਹ ਵੀ ਪੜ੍ਹਿਆ, ਉਹ ਪੜ੍ਹ ਕੇ ਫਿਰ ਮੇਰੇ ਮਨ 'ਚ ਆਇਆ ਕਿ ਉਹ ਡਿਫਰੈਂਟ ਮਾਡਲ ਹੈਗਾ, ਇਹ ਡਿਫਰੈਂਟ ਮਾਡਲ ਹੈ, ਸਾਡੇ ਅਤੇ ਦੁਆਲੇ ਵਿਚਾਲੇ ਇੱਕ ਮਾਡਲ ਚਾਹੀਦਾ। ਤਾਂ ਮੇਰੇ ਮਨ 'ਚ ਆਇਆ ਕਿ ਸਾਡੇ ਇੱਥੇ ਕੋਈ ਬੰਦੇ ਨੇ, ਇੱਕ ਸੇਡੇ ਸਿੰਘ ਵਾਲਾ ਪਿੰਡ ਸੀਗਾ, ਸੇਡਾ ਸਿੰਘ ਵਾਲਾ ਪਿੰਡ ਦੇ ਵਿੱਚ 1000 ਕੁ ਦੀ ਆਬਾਦੀ ਸੀਗੀ, 1000 ਕੁ ਹੀ ਉੱਥੇ ਏਕੜ ਜ਼ਮੀਨ ਸੀਗੀ। ਕੁਛ ਬੰਦੇ ਉੱਥੇ ਇਹ ਵੀ ਸੀ ਜਿਹਦੇ 50-60 ਏਕੜ ਜ਼ਮੀਨ ਸੀ, ਕੁਛ 2 ਏਕੜ ਵਾਲਾ, ਕੋਈ 5 ਵਾਲਾ, ਕੋਈ 7 ਵਾਲਾ, ਕੋਈ 10 ਵਾਲਾ, ਕੋਈ ਬੰਦੇ ਬਾਹਰ ਰਹਿੰਦੇ ਸੀਗੇ। ਤਾਂ ਮੈਂ ਇਹ ਕਨਸੈਪਟ ਕਿ ਸਾਰੀ ਜ਼ਮੀਨ ਨੂੰ ਪੂਲ ਕਰਕੇ ਜਿਹਦੀ ਜ਼ਮੀਨ ਹੈ ਉਹਦਾ ਰੇਸ਼ੋ ਦੇ ਉਹਦਾ ਪਹਿਲਾਂ ਠੇਕਾ ਪਾ ਦਿਉ, ਉਹਦਾ ਜ਼ਮੀਨ ਦਾ ਠੇਕਾ ਪਾ ਕੇ ਫਿਰ ਜਿਹੜੇ ਉਹਦੇ ਜਿਹੜੇ ਬੰਦੇ ਏਬਲ ਬੋਡ 2 ਵਰਕ, ਉਹਨਾਂ ਨੂੰ ਮਿਨੀਮਮ ਵੇਜਿਸ ਜਿਹੜੀਆਂ ਸਰਕਾਰ ਵੱਲੋਂ 8 ਘੰਟੇ ਉਹ ਕੰਮ ਕਰਨਗੇ, 8 ਘੰਟੇ ਤੋਂ ਬਾਅਦ ਉਹ ਵਿਹਲੇ, ਉੱਥੇ ਫਸਲ ਬੀਜਣੀ ਹੈ, ਸਾਰਾ ਕੁਝ ਕਰਨਗੇ। ਜਿਹੜੀਆਂ ਉਹਦੀਆਂ ਕੋਵਿਡ ਸੋਸਾਇਟੀ ਬਣ ਗਈ, ਜਿਹੜੀਆਂ ਪੂਰੀਆਂ ਲੋੜਾਂ ਨੇ ਸਾਰੀਆਂ ਨੇਗੀਆਂ ਉਹ ਪੂਰੀਆਂ ਹੋਣਗੀਆਂ। ਅਤੇ ਉਹਦੀ ਜਿਹੜੀ ਪ੍ਰੋਡਕਟ ਹੈਗੀ ਉਹਦੀ ਮੀਟ ਹੈ, ਪੋਲਟਰੀ ਦਾ, ਡੇਅਰੀ ਦਾ, ਉਹ ਆਰਮੀ ਨੂੰ ਹੋਰ ਨੂੰ ਜਿਹੜੇ ਗੌਰਮੈਂਟ ਏਜੰਸੀਆਂ ਨੂੰ ਸਪਲਾਈ ਕਰਨਗੇ, ਤਾਂ ਜੋ ਗੌਰਮੈਂਟ ਮਾਡਲ ਬਣਾਏਗੀ ਜਿਹੜੇ ਗੌਰਮੈਂਟ ਦੇ ਜਿਹੜੇ ਹੈਗੇ ਨੇ ਹਾਰਟੀਕਲਚਰ, ਡੇਅਰੀ, ਪੋਲਟਰੀ, ਪਿਗਰੀ, ਫਿਸ਼ਰੀ, ਇਹ ਸਾਰੇ ਉਹਨੂੰ ਐਡਵਾਈਸ ਕਰਨਗੇ। ਅਤੇ ਆਈ ਹੈਡ ਆਫਰਡ ਕਿ ਮੈਂ ਉਸ ਸੁਸਾਇਟੀ ਦਾ ਮੈਂ ਸੈਕਟਰੀ ਲੱਗਣ ਨੂੰ ਤਿਆਰ ਹਾਂ, 3 ਸਾਲਾਂ ਲਈ ਲੱਗਣ ਨੂੰ ਤਿਆਰ ਹਾਂ ਕਿ ਮੈਂ ਮਿਸ਼ਨਰੀ ਭਾਵ ਨਾਲ ਕੰਮ ਕਰੂੰਗਾ। ਮੈਂ ਸੈਮੀਨਾਰ ਵੀ ਕਰਵਾਇਆ, ਕਿਤਾਬ 'ਚ ਵੀ ਲਿਖਿਆ, ਤਾਂ ਜਿਹੜੇ FCR ਸੀ ਉਸ ਵੇਲੇ ਦੇ ਆਪਣੇ ਕੋਆਪਰੇਸ਼ਨ ਦੇ DC ਗੁਪਤਾ ਬਹੁਤ ਖੁਸ਼ ਹੋਏ, ਉਹਨਾਂ ਨੇ ਕੋਆਪਰੇਟਿਵ ਡਿਸਟ੍ਰਿਕਟ ਕੋਆਪਰੇਟਿਵ ਯੂਨੀਅਨ ਵੱਲੋਂ ਉਹਨੂੰ ਪਬਲਿਸ਼ ਕਰਵਾਇਆ। ਉਸਨੂੰ ਮੰਤਰੀ ਰੰਧਾਵਾ ਸਾਹਿਬ ਮੇਰੇ ਰਿਸ਼ਤੇਦਾਰ ਵੀ ਸੀ, ਉਹ ਮੈਨੂੰ ਕਹਿਣ ਲੱਗੇ ਕਿ ਬਾਈ ਜੀ ਤੁਸੀਂ ਤਾਂ ਆਦਰਸ਼ਵਾਦੀ ਗੱਲਾਂ ਕਰਦੇ ਹੋ, ਇਹ ਸਾਡੇ ਕਾਂਗਰਸੀ ਦੇ ਤੁਸੀਂ ਤਾਂ ਬਦਲ ਕੇ ਜੇ ਕੋਈ ਕੋਈ ਸਾਰਾ ਕੋਈ ਸੈਕਟਰੀ ਸੀ ਸਾਰਾ ਕੁਛ ਖਾ ਗਿਆ, ਫਿਰ ਕੀ ਕਰੋਗੇ, ਸਾਰਾ ਪਿੰਡ ਮਰ ਜੂਗਾ ਬਹਾਨੇ। ਅਤੇ ਇਹ ਬਾਈ ਜੀ ਤੁਸੀਂ ਚਲੋ ਕਰ ਲਓ, ਇਹ ਲਾਗੂ ਨਹੀਂ ਹੋਣਾ, ਉਹ ਲਾਗੂ ਨਹੀਂ ਹੋ ਸਕਿਆ। ਮਤਲਬ ਮੇਰੇ ਮਨ ਦਾ ਖਿਆਲ ਸੀ, ਉਹ ਕਿਤਾਬ 'ਤੇ ਮੇਰਾ ਹਜੇ ਵੀ ਜਿਹੜਾ ਸੀਗਾ, ਮੈਨੂੰ ਸੈਟਿਸਫੈਕਸ਼ਨ ਹੈ ਕਿ ਉਹ ਉੱਥੇ ਦੀ ਜਿਹੜੀ ਮੈਂ ਸੀਗਾ, ਮਤਲਬ ਵਟ ਐਵਰ। ਫਿਰ ਬੀਬੀ ਗੁਰਚਰਨ ਸਾਲ 2 ਸਾਲ ਤਾਂ ਚੱਲੀ ਹੋਣਾ ਕੰਮ ਕਿ ਨਹੀਂ, ਸ਼ੁਰੂ ਨਹੀਂ ਹੁਣ ਤਾਂ ਆਈਡੀਆ ਜਿਹੜਾ ਸੀ ਕਨਸੀਪ ਮਤਲਬ ਕਨਸੈਪਸ਼ਨ ਦੇ ਵਿੱਚ ਹੀ। ਬੀਬੀ ਸੀ ਗੁਰਚਰਨ ਕੌਰ ਉੱਥੇ ਦੀ MP ਸੀਗੀ ਰਾਜ ਸਭਾ ਦੀ, ਤਾਂ ਮੈਂ ਉਹਨਾਂ ਨੂੰ ਮਿਲਿਆ, ਮੈਂ ਭੈਣ ਜੀ ਤੁਹਾਡੇ ਪੈਸੇ, ਤੁਹਾਡੇ ਜਿਹੜੇ ਪਏ ਨੇ MP ਲੈਣ ਦੇ, ਉਹ ਪੈਸੇ ਕਿਤੇ ਖਰਚ ਨਹੀਂ ਹੋਏ, ਅਤੇ ਤੁਸੀਂ ਤੂੰ ਕੋਟਕਪੂਰੇ ਦੀ ਜਿਹੜੀ 5 ਗਰਾਈਆਂ ਦੀ ਤੂੰ ਨੂੰਹ ਹੈ, ਅਤੇ ਕੋਟਕਪੂਰੇ ਦੀ ਸੋਰੀ ਇਹਦੀ ਧੀ ਹੈਗੀ ਆਪਣੇ ਦੀ, ਉਹਦਾ ਪਿੰਡ ਕੋਟ ਸੀਗਾ ਜੈਤੂ, ਅਤੇ ਉਹਦੀ ਦੀਪਕ ਜਤੋਈ ਦੀ ਭੈਣ। ਅਤੇ ਮੈਂ ਤੁਸੀਂ ਕੁਛ ਕਰੋ, ਕਦੇ ਖਾ ਜਾਣਗੇ PW ਵਾਲੇ ਜਾਂ ਹੋਰ ਖਾ ਜਾਣਗੇ ਵੀਰ ਜੀ, ਮੈਂ ਜੀ ਇੱਥੇ ਹਰਕੇ ਸਿੱਧੂ ਬੈਠਾ, ਖਾਣ ਨਹੀਂ ਦੇਊਗਾ, ਅਤੇ ਪਾਰਦਰਸ਼ੀ ਕਰਾਂਗੇ। ਓਕੇ, ਉਹਨਾਂ ਨੇ ਮੈਂ ਸਾਰਾ ਉਹਨੂੰ ਪ੍ਰੋਜੈਕਟ, ਉਹਨਾਂ ਨੇ 1.5 ਕਰੋੜ ਦਾ ਸੈਂਕਸ਼ਨ ਕਰਕੇ ਉਹਨਾਂ ਨੂੰ ਦੇ ਤਾ। ਅਸੀਂ ਉੱਥੇ ਉਹਦੇ ਵਿੱਚ ਬਣਾਇਆ, ਉਹਦਾ ਨਾਂ ਰੱਖਿਆ ਸਹਿਤ ਸਦਨ ਜੈਤੋ ਦੇ ਵਿੱਚ, ਜਿਹਦਾ ਇੱਕ ਪੋਰਸ਼ਨ ਦਾ ਨਾਂ ਰੱਖਿਆ ਗਲਪ ਭਵਨ ਗੁਰਦਿਆਲ ਸਿੰਘ ਦੇ ਨਾਂ 'ਤੇ, ਇੱਕ ਦੇ ਵਿੱਚ ਰੱਖਿਆ ਗਜ਼ਲ ਭਵਨ, ਲਾਇਬ੍ਰੇਰੀ ਬਣਾਈ ਜਾਣੀ ਵੱਡੀ, ਪਹਿਲੀ ਭਵਨ ਬਣਾਇਆ ਗਜ਼ਲ ਭਵਨ, ਇੱਕ ਗਜ਼ਲ ਜਿਹੜਾ ਗਜ਼ਲ ਗੁਦਾ, ਇੱਕ ਉੱਥੇ ਦਾ ਸੀਗਾ ਆਪਣਾ ਉਹ ਲਾਲਾ ਭਗਵਾਨ ਦਾਸ ਸੀਗਾ, ਉਹਨੂੰ ਮਿਨਿਸਟਰ ਨੂੰ ਮਾਰਤਾ ਸੀਗਾ ਆਪਣੇ ਨੂੰ ਉਹਦੇ 'ਚ ਖਾੜਗੂਆ ਨੇ ਕਾਂਗਰਸੀ, ਉਹਦੀ ਯਾਦ ਉਹਦੇ ਉਹਨਾਂ ਨੂੰ ਬੁਲਾਇਆ, ਉਹ ਕਹਿੰਦੀ ਮੈਂ ਦੇ ਦੂੰ ਪੈਸੇ, ਚਾਹੇ ਉਹ ਕਾਂਗਰਸੀ ਦੀ ਪਰ ਉਹ ਦੇਸ਼ ਭਗਤ ਸੀਗਾ ਹੋਰ ਸੀ, ਅਤੇ ਉਹਦੇ ਬਣਾਇਆ ਭਗਵਾਨ ਦਾਸ ਲਾਲਾ ਭਗਵਾਨ ਦਾਸ ਯਾਦਗਾਰੀ ਐਡੀਟੋਰੀਅਮ, ਉਹ ਅਸੀਂ ਮਿਊਸਲ ਪਹਿਲੀ ਜਗ੍ਹਾ 'ਚ ਬਣਾ ਕੇ 3 ਚੀਜ਼ਾਂ ਬਣਾ ਲਿਆ। ਅਤੇ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਚੌਂਕ ਸੀ ਸਾਦਕ ਵਾਲਾ, ਉਹਦਾ ਨਾਲ ਰੱਖਿਆ ਜਿਹੜਾ ਉਹਦਾ ਤੁਹਾਡਾ ਸ਼ਹੀਦ ਚੌਂਕ, ਕੁਛ ਮੇਰੇ ਪੂਰਾ ਨਾਮ ਯਾਦ, ਉੱਥੇ ਆਰਮੀ ਦੇ ਜਵਾਨਾਂ ਦੇ
बुतलाए तो पाकिस्तान के भी जो करके हाँ हाँ तो उत्ते काफ़ी डिवेलपमेंट असी की स्विमिंग पूल की होर दी और वो लगे कि हाँ समथिंग इज हैपनिंग और उद्घाटन भी बीबी तो कराया सरकार से उदो सी अपने कांग्रेस की पर भाजपा ने पैसे दिते वो भी कराया मतलब वो मैनू बड़ी खुशी हुई उन्होंने भी खुशी हुई कि हाँ अच्छा काम जरा होया एंड वीरू प्रसाद मैं खुली छुट्टी दी कि यू डू दी वे यू लाइक उन्होंने मेरे ट्रस्ट सी तो उन्हें ट्रस्ट किया ठीक है तो फिर मैं दो अपना मैं चौदह सी रंधावा साहब ने फिर मैं महाराज साहब गल की पूरा ना की जसजीत सिंह रंधावा तो उन्होंने कहा कि जी थोड़े तेरा सिन्हा साहब तो तंत्र चहले बहुत नाराज ने ते पर महाराज सुधर नाराज नहीं वो अल्टीमेटली की होया तो उन्होंने कहा जी मेरे माइक पर चला दो उन्होंने मैं उसे लाता अपने की कहते हैं पब्लिक हेल्थ से लगाता पब्लिक हेल्थ रहने हो 2004 हो गया तो मैं एस जी पी सी इलेक्शन आई मैं दिड़बे तो एस जी पी सी आजाद के तौर पर इलेक्शन लड़न लग गया ये फिर पॉलिटिक्स वाले पास या एस जी पी सी कि मन बन गया क्योंकि तुम तो कम करना चाहते थे फिर दूसरा हिस्सा जी है वह पॉलिटिक्स नहीं है वह तो एक धर्म का गुरुद्वारा प्रबंधन का इंतजाम है वह तो इन्होंने लोगों ने उन्होंने पॉलिटिक्स बनाता बल्कि एस जी पी सी एक्ट के भी कि नो पोलीटिकल पार्टी कैन पार्टीसपेट इन दी इलेक्शन अच्छा फिर की किया 2010 तो पहले ही अच्छा ना कहते हैं कि सरकारी मुलाजम लिए कोई बंदिश है कि गुरसिख होना चाहिए लड़ी फिर हाँ तो अच्छा मैं इलेक्शन लड़ी तो मैं अजे उसका शिकार हो गया मेरे खिलाफ सारिया पार्टियां इकट्ठे हो गई अकाली भी इकट्ठे हो गए सिमरजीत मान वाले भी इकट्ठे हो गए उन्होंने दारू पुकी जो उन्होंने किया सारा कुछ किया तो मैं भी मैं हार जूँगा पर मैं ये कम नहीं करता मैं आई लॉस्ट मैं 3700 वोटों से हार गया 45,000 वोट सी तो 39 वोट पी सारी मैं हार गया कुछ मैं हार के चला गया मैं आने सस्पेंड करता मैं सी एम मिलया तो सी एम जरा कद कोई सी उदू पहल 2004 की उदू पहल जी एस जी पी सी चोन तो पहला 2004 की मई की इलेक्शन हो चुकी सी पार्लीमेंट मैं कैप्टन अमरिंदर सिंह ने बुलाया कि जी मेरी वाइफ की मदद कर दो हाँ जी मैं तो सरकारी मुलाजम मेरी तो बुक नहीं मेरे कुछ उदो लहरा हलका तो सुनाम हलका भी पटियाले का पार्ट सी हाँ जी मैं थोड़ी मदद भी कर देनी है पर जो थोड़े नाल बंदे फिर इन्होंने उंगल ला के कह रहे हैं ये तो थोड़ा विरोध किया क्योंकि ये लैंड गोइंग टू स्पेयर मी कह यार डोंट वरी ही सैड के तू सरूर तो ढीठ साहब की मदद कर दे पटेल तो मेरी कर दे ही फुली मैं लिव कि ढीठ साहब अंदर चलो आई डिड इट मेरी शिकायत शकूत हुई ही डू बहुत तो उस बाद ही मैं सिंपथैटिक भी हाँ इन्हें मेरी मदद की ही वॉन्ट टू एडजस्ट मी तो चलो फिर एस सी बी इलेक्शन आ गई एस जी पी सी इलेक्शन मैं हार गया अमरिंदर चाहता सी कि मैं जित जा कि जित जा जी कुछ सिचुएशन आई तो हो सकता है एस जी पी सी का प्रधान बंदा तकड़ा है तो एस जी पी सी का प्रधान बना के मतलब ही कैन फाइट विद दी इविल फोर्स चलो वो कट लॉन्ग स्टोरी टू शॉर्ट तो मैं फिर आया उस बाद मैं इन्होंने फिर पटियाले 2005 मैं इतने एक्साइज एडिशनल कमिश्नर एक्साइज एडमिनिस्ट्रेशन साइड से पोस्ट करता तो वह पोस्ट किया होया तो इन्होंने 2007 के जी गवर्नमेंट बदल गई तो उस दिनों जो साढ़े एक कुलीग से मिस नीलकंठ उन्होंने को इनफोर्समेंट का चार्ज सगा वो इनफोर्समेंट का चार्ज है महीने के लिए मेरे को आ गया मेरे दंद चपता सी मैं जिम जिम्मे ना वो खान शबीर के घोड़े भी पवन तो मेले शोर भी है भी तो वो उन्होंने सवार नहीं सी मिलता तो वह महीना मेरे को आ गया जे टैक्सा टूक्सा चोरी चोरी करते थे फिर असरी अठा दिन रात करके बड़े फड़े बड़े जुर्माने लाए जो सब तो एक बड़ा सी पटियाले लुधियाने की ट्रांसपोर्ट कंपनी सी जिन्हों का ना सी 10-10, 15-15 गड्डिया लंघते थे तो उदो धरती भी कंबल लग जाती जो गड्डिया लंघदियाँ सी साढ़े बंद एक्साइज के बंद टैक्स दे उन्होंने कई बार कुटिया मतलब उन्हों का पुल वाला सी तो
ਮੈਂ ਵੀ ਆਪਾਂ ਜੇ ਫੜਨਾ ਫਿਰ ਆਪਾਂ ਸ਼ੇਰ ਨੂੰ ਫੜਨਾ ਤਾਂ ਸ਼ੇਰ ਦੇ ਘੋਰ ਦੇ 'ਚ ਹੀ ਫੜਨਾ। ਅਸੀਂ ਜਾ ਕੇ ਉਹਨਾਂ ਨੂੰ ਫੜਿਆ ਰਾਤ ਦੇ 12 ਵਜੇ ਤੋਂ 4 ਵਜੇ ਤੱਕ, ਉਹਨਾਂ ਨੂੰ 95 ਲੱਖ ਰੁਪਇਆ ਜੁਰਮਾਨਾ ਲਾਇਆ। ਮੈਨੂੰ CM ਸਾਹਿਬ ਦਾ ਫੋਨ ਆਇਆ ਕਿ ਜੀ ਕਾਕਾ ਕੋਈ ਜੁਰਮਾਨਾ ਘੱਟ ਹੀ ਲੱਗ ਸਕਦਾ। ਮੈਂ ਕਿਹਾ ਜੀ ਮੈਂ ਤੁਹਾਨੂੰ ਮਿਲਣ ਆ ਜਾ ਜੀ, ਕਹਿੰਦੇ ਆ ਜਾ। ਮੈਂ ਜਦੋਂ ਗਿਆ ਜਦੋਂ ਮੈਂ ਉਹਨੂੰ ਮਿਲਣ ਗਿਆ, ਮੈਂ ਕਿਹਾ ਜੀ ਇਹ ਤਾਂ ਦੇਖੋ ਤੁਹਾਡੇ ਜਿਹੜਾ ਜੁਰਮਾਨਾ ਲੱਭ ਤੁਹਾਨੂੰ ਪੈਸੇ ਮਿਲਣਗੇ ਖਜ਼ਾਨੇ ਸਰਕਾਰ ਦੇ, ਤੁਸੀਂ ਵਰਤਣੇ ਨਹੀਂ। ਇਹ ਬਹੁਤ ਵੱਡੇ ਬੰਦੇ ਨੇ, ਬੜੇ ਚੋਰ ਨੇ, ਇਹਨਾਂ ਨੂੰ ਛੱਡਣਾ ਤਾਂ ਸਾਡੀ ਸਮਝੋ ਸਰਕਾਰ ਦੀ ਹੇਠੀ ਹੋ ਗਈ ਅਤੇ ਬਹੁਤ ਵੱਡੀ ਬਦਨਾਮੀ ਹੈ। ਇਹ ਤਾਂ ਜਿਵੇਂ ਗੁਰਜੰਤ ਸਿੰਘ ਬੂਥ ਸਿੰਘ ਵਾਲਾ ਆ ਜਾ, 5 ਮਿੰਟ ਜਾਂ ਹੋਰ ਉਸ ਲੈਵਲ ਦੇ ਖਾਰੂਗੇ। ਉਹਨਾਂ ਨੂੰ ਛੱਡਣਾ ਤਾਂ ਬਾਕੀ ਤੁਸੀਂ ਅਸੀਂ ਤੁਹਾਡਾ ਤਾਂ ਤੁਹਾਡਾ ਹੁਕਮ ਹੈ। ਦੈਨ ਉਹਨੂੰ ਮਤਲਬ ਮੈਂ ਉਸਨੂੰ ਇਸ ਗੱਲ ਦਾ ਨਹੀਂ ਤਾਂ ਉਹ ਕਹਿੰਦਾ ਕਹਿੰਦਾ ਬਲੜੀ ਦੀ ਹੈਲ ਕੀ ਸਮਝੋ, ਤੈਨੂੰ ਮੈਂ ਇੱਕ ਗੱਲ ਕਹਿ ਮੇਰੇ ਬਹਿਸ ਕਰੂੰ ਕਰਦਾ ਕੁਛ ਜੀ ਪਿਸਤੋਦਾ ਠੀਕ ਹੈ ਪਤੀ ਸਰ। ਅੱਛਾ ਕਾਕਾ ਠੀਕ ਹੈ, ਉਹਨੇ ਮੈਨੂੰ ਕਹਿਤਾ, ਮੈਂ ਜੁਰਮਾਨਾ ਠੋਕ ਕੇ ਲਾਤਾ 50 ਰੁਪਏ। ਫਿਰ ਉਹਨਾਂ ਨੇ ਜੁਰਮਾਨਾ ਉਹਨੂੰ ਬੜੀਆ ਸਿਫਾਰਸ਼ਾਂ ਲਾਈਆਂ ਹੋਰ ਰਾਜਾਂ, ਲੇਕਿਨ ਐਡਰ ਤੋਂ ਪਾਸੇ ਸਬਤੀ ਲੈ ਲਓ ਮਾੜੀ ਮੋਟੀ, ਮੇਰੇ ਕੋਲ ਹਿੱਸਿਆ ਨਹੀਂ। ਅੱਛਾ ਜੀ, ਮੇਰੇ ਕੋਲ ਕਦੇ ਵੀ ਮਤਲਬ ਮੈਨੂੰ ਕੋਈ ਪੈਸੇ ਦੇਣ ਵਾਲੀ ਆਇਆ ਜਿਹੜਾ ਕਹੇ ਵੀ ਵਿਚੋਲੇ ਆ ਜਾਂਦੇ ਕਈ ਵਾਰੀ ਵੀ ਛੱਡੋ ਜੀ। ਮੈਂ ਕਿਸੇ ਨੂੰ ਮੇਰਾ ਦਲ ਕਹਿੰਦਾ ਰੈਪੂਟੇਸ਼ਨ ਟਰੈਵਲ ਫਾਸਟ ਦੈਨ ਮੈਂ, ਉਹ ਤੋਂ ਪਹਿਲਾਂ ਪਹੁੰਚ ਜਾਂਦਾ ਮੇਰੇ ਬਾਰੇ ਸੀ ਕਿ ਵੀ ਰੁੱਖਾ। ਪਰ ਕਈ ਕਹਿ ਵੀ ਦਿੰਦੇ ਆ ਕਿ ਸਿੱਧੂ ਨੇ ਵੀ ਮੋਟਾ ਪੈਸਾ ਕਮਾ ਲਿਆ, ਫਿਰ ਉਹ ਲੋਕ ਕਿਵੇਂ ਕਹਿੰਦੇ ਆ? ਉਹ ਜਿਸ 'ਤੇ ਕਿਤੇ ਦਿਸਦਾ ਤਾਂ ਆਪਣਾ ਕੋਈ ਵਾਰ ਬੰਦੇ ਤੋਂ ਸੁਣਿਆ ਮੈਂ ਪਟਿਆਲੇ ਨੂੰ, ਕਹਿੰਦੇ ਉਹ ਚੰਗੀ ਕੁੰਡੀ ਲਾ ਲਈ। ਮੈਂ ਕਹਿੰਦਾ ਇੱਕ ਵੀ ਬੰਦਾ ਆ ਗਿਆ ਅੱਜ ਵੀ ਕਹਿ ਦਿਓ, ਜੇ ਕੋਈ ਬੰਦਾ ਕਹਿੰਦੇ ਕਿਸ ਤੋਂ ਪੈਸੇ ਕਾਲੀ, ਕਿਸੇ ਠੱਗੇ ਵਾਲੀ, ਕਿਸੇ ਜਾਇਦਾਦ ਦੱਬ ਲਈ, ਮੈਂ ਦੇਣਦਾਰ। ਜਾਂ ਫਿਰ ਤੁਹਾਡੇ ਵਿਰੋਧੀ ਪ੍ਰਚਾਰ ਕਰਦੇ ਹੋਣੇ ਵੀ ਇਹ ਬੰਦੇ ਨੂੰ ਵੀ ਬਦਨਾਮ ਕਰਦਾ। ਹਾਂ ਹਾਂ, ਉਹਨਾਂ ਨੇ ਕਰਨੀ ਹੈ। ਜਿਹੜਾ ਮੇਰੇ ਉਲਟ ਹੈ ਉਹ ਮੈਨੂੰ ਕਿਉਂ, ਉਹ ਮੈਂ ਚੰਗਾ। ਮੈਂ ਸੋਸ਼ਲ ਮੀਡੀਆ 'ਤੇ ਵੀ ਕਹਿਣਾ ਕਿ ਇੱਕ ਬੰਦਾ ਆ ਕੇ ਦੱਸ ਦਿਓ, ਇੱਕ ਬੰਦਾ ਬਾਂਹ ਖੜੀ ਕਰ ਦਿਓ, ਵੀ ਬਾਂਹ ਖੜੀ ਕਰਨੀ ਕੋਈ ਸੌਖੀ ਗੱਲ ਨਹੀਂ ਹੁੰਦੀ। ਅਤੇ ਚਲੋ ਉੱਥੋਂ ਬਦਲ ਕੇ ਆਪਣਾ, ਉਹ ਤੋਂ ਬਾਅਦ ਮੈਨੂੰ ਜਿਹੜਾ ਸੀਗਾ ਇੱਥੇ ਲਾਤਾ ਕਮਿਸ਼ਨ ਫੇਰ ਲਾਤਾ 2008 'ਚ। ਪਹਿਲਾਂ ਮੈਂ 98 'ਚ ਕਮਿਸ਼ਨ ਲੱਗਿਆ, ਫਿਰ ਮੈਂ 2008 'ਚ ਕਮਿਸ਼ਨ ਲੱਗਿਆ। ਅਸੀਂ ਕਮਿਸ਼ਨ ਲੱਗੇ ਉਦੋਂ ਛੋਟੇ ਕੋਲ ਜਿਹੜੇ MLA ਦੇ ਇਹ ਉਦੋਂ ਮੇਅਰ ਸੀਗੇ, ਤਾਂ ਉਦੋਂ ਵੀ ਸਾਡੀ ਕੁਛ ਗੱਲਾਂ 'ਤੇ ਜਿਹੜਾ ਸੀ ਹੋਇਆ, ਤਾਂ ਅਖੀਰੀ ਮੇਰੇ ਥੋੜ੍ਹੇ ਲਾਤੇ ਸੱਟ ਲੱਗੀ ਤਾਂ ਮੈਨੂੰ ਛੁੱਟੀ ਲੈਣੀ ਪੈ ਗਈ। ਤਾਂ ਛੁੱਟੀ ਦੇ ਦੌਰਾਨ ਕੋਈ ਟਿਊਬਵੈੱਲਾਂ ਦੇ ਕੋਈ ਗੱਲਾਂ ਸੀ ਵੱਡੀਆਂ, ਤਾਂ ਮੇਰੀ ਫਿਰ ਬਦਲੀ ਜਿਹੜੀ ਸੀਗੀ ਉਹ ਪਹਿਲੀ ਬਦਲੀ ਕਰਵਾਈ ਸੀ ਭਾਜਪਾ ਦੇ ਵਿੱਚ, ਜਿਹੜੀ 98 'ਚ ਕਰਵਾਈ ਸੀ ਦੰਦਰ ਨੇ। ਸੈਕਿੰਡ ਬਦਲੀ ਇਹਨਾਂ ਨੇ ਕਰਵਾਈ, ਅਤੇ ਫਿਰ ਮੈਨੂੰ ਲਾਤਾ ਪੁੱਡਾ 'ਚ। ਪੁੱਡਾ 'ਚ ਲਾਇਆ ਤਾਂ ਪਟਿਆਲੇ ਉਹਦਾ ਚੀਫ ਐਡਵੋਕੇਟ ਤਾਂ ਲਾਇਆ ਪਟਿਆਲੇ। ਤਾਂ ਇਹ ਕਹਿੰਦੇ ਜੀ ਉਹ ਜਿਹੜੇ ਪੈਸੇ ਮਿਲੇ ਸੀ ਨਾ ਇਲੈਕਸ਼ਨ ਦੇ ਨੇੜੇ ਦੇ ਆ ਕੇ, ਕਿ ਜੀ ਫਿਰ ਉਹ ਜਿਹੜੇ 50 ਵਾਰਡ ਸੀ ਪਟਿਆਲੇ ਦੇ, ਕਿ 25 ਵਾਰਡ ਦਾ ਕੰਮ ਕਰਨਾ ਸੀ ਪੁੱਡਾ ਵਾਲੇ ਨੇ, ਕਹਿੰਦੇ 25 ਵਾਰਡ ਤਾਂ ਫਿਰ ਉਹਦੇ ਕੋਲ ਆ ਗਏ, ਉੱਥੋਂ ਹੀ ਬਦਲੋ। ਫਿਰ ਮੈਨੂੰ ਫੋਨ ਆਇਆ ਸੀ ਅਫਸਰ, ਕਾਕਾ ਫਿਰ ਤੁਸੀਂ ਛੁੱਟੀ ਲੈ ਲਓ। ਮੈਂ ਜੀ ਮੈਂ ਛੁੱਟੀ ਕਿਉਂ ਲਵਾਂ, ਮੈਂ ਛੁੱਟੀ ਕਿਉਂ ਖਰਾਬ ਕਰਾਂ? ਕਹਿੰਦੇ ਹੋਰ ਫਿਰ ਮਾਜੀ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਦਿੰਦਾ, ਮਾਜੀ ਤੁਸੀਂ ਮੇਰੀ ਜਗ੍ਹਾ 'ਤੇ ਬੰਦਾ ਲਾ ਦਿਓ, ਮੇਰੀ ਕਿਤੇ ਬਦਲੀਏ ਨਾ ਕਰੋ, ਕਿਉਂਕਿ ਔਡਰ ਐਂ ਹਵਾ ਛੱਡ ਦਿਓ, ਅਤੇ ਤੁਸੀਂ ਮਹੀਨਾ ਵੀ ਤਾਂ ਜਿਹੜੇ ਤੁਹਾਨੂੰ ਮੈਂ ਔਖਾ ਲੱਗਦਾ ਨਾ ਲਾਓ। ਉਹ ਜਦੋਂ ਲਾਊਂਗਾ ਉਹਨੂੰ ਕਹਿੰਦੇ ਕੰਪਲਸਰੀ ਵੇਟਿੰਗ, ਮੈਨੂੰ ਉਹਦੀ ਤਨਖਾਹ ਮਿਲੂ ਘਰ ਬੈਠੇ ਰੂਪ, ਅਤੇ ਮੈਂ ਨਾ ਛੁੱਟੀ ਲਵਾਂ ਲੈ ਇਹਨੇ ਕੀਤਾ। ਤਾਂ ਮਹੀਨਾ ਲੰਘ ਗਿਆ, ਫਿਰ ਮਹੀਨੇ ਕੁ ਬਾਅਦ ਕਹਿੰਦੇ ਕਾਕਾ ਹੁਣ ਤਾਂ ਥੋੜ੍ਹੀ ਲੱਤ ਸੀ ਕੁੜੀ, ਮੈਂ ਹਜੇ ਲੱਤ ਵੀ ਉਦੋਂ ਵੀ ਠੀਕ ਅਤੇ ਹੁਣ ਵੀ ਠੀਕ ਹੈ, ਫਿਰ ਤੁਹਾਨੂੰ ਅਸੀਂ ਲਾ ਦਈਏ, ਮੈਂ ਹਜੇ ਲਾ ਦਿਓ। ਅਤੇ ਇਹ ਹੈਗੀ ਕਿ ਮੇਰੀ ਬਦਲੀ ਢੀਠਾ ਸਾਹਿਬ ਕਰਕੇ ਕਹਿ ਲਓ ਜਾਂ ਮੇਰੇ ਕਿਰਦਾਰ ਕਰਕੇ ਕਹਿ ਲਓ, ਮੈਨੂੰ ਤਕਰੀਬਨ ਪੁੱਛ ਕੇ ਲੱਗ ਰਹੀ ਹੈ। ਜਿਹੜੇ CM ਲੈਵਲ 'ਤੇ ਫੋਨ ਅਫਸਰ ਨੂੰ ਕਰਦੇ ਫਿਰ ਵੀ ਕਾਕਾ ਬਦਲ ਦੀਏ ਛੱਡ ਦੀਏ ਕਰਦੀ, ਉਦੋਂ ਤੁਸੀਂ PCS ਚੱਲੇ ਆ ਰਹੇ ਸੀ? ਮੈਂ ਉਦੋਂ PCS ਚੱਲੇ ਆ ਰਹੇ ਸੀ, ਤਾਂ ਫਿਰ ਮੈਨੂੰ ਜਾ ਕੇ ਐਗਜੈਕਟਿਵ ਡਾਇਰੈਕਟਰ ਬੈਕ ਫਿੰਗ ਕੋਲ ਲਗਾਤਾ। ਮੈਂ ਬੈਕ ਫਿੰਗ ਦਾ ਡਾਇਰੈਕਟਰ ਲੱਗਿਆ ਸੀ, ਸਾਡੀ IAS ਦੀ ਜਿਹੜੀ ਸੀਗੀ ਉਹ ਮੀਟਿੰਗ ਹੋ ਚੁੱਕੀ ਸੀ, ਅਜੇ ਉਹ ਪ੍ਰੋਸੀਡਿੰਗ ਨਹੀਂ ਬਣੀਆਂ ਸੀਗੀਆਂ, ਪਰ ਨੋਟੀਫਿਕੇਸ਼ਨ ਨਹੀਂ ਹੋਇਆ। ਮੈਨੂੰ ਸਤਾਰ ਇਕਬਾਲ ਸਿੱਧੂ ਸੈਕਟਰੀ ਸੀਗੇ ਉਹਦੇ, ਆਪਣੇ ਦੇ ਪਰਸੋਨਲ ਦੇ, ਮੈਨੂੰ ਕਹਿੰਦੇ ਛੋਟੇ ਆ, ਮੇਰੇ ਰਿਸ਼ਤੇਦਾਰ ਵੀ ਮੇਰੇ ਦੋਸਤ ਵੀ ਨੇ, ਕਹਿੰਦੇ ਛੋਟਾ ਤੈਨੂੰ ਬਰਨਾਲੇ ਭੇਜਤਾ। ਮੈਂ ਕਿਹਾ ਬਾਈ ਜੀ ਨਾ ਤਾਂ ਹੁਣ SDM ਲੱਗਣ ਦਾ ਵੇਲਾ, ਨਾ ਹੁਣ ADC ਲੱਗਣ ਦਾ ਵੇਲਾ, DC ਲੱਗਣ ਦੀ ਮੇਰੀ ਹਜੇ ਉਹ ਪੂਛ ਜੀ ਲੱਗੀ ਨਹੀਂ, ਮੈਂ IAS ਵਾਲੀ, ਅਤੇ ਮੈਂ ਹੁਣ ਬਰਨਾਲੇ ਕੀ ਜਾਵਾਂਗੇ? ਕਹਿੰਦੇ ਤੈਨੂੰ ਯਾਰ DC ਲਾਇਆ। ਮੈਂ ਕਿਹਾ ਚਲੋ ਥੈਂਕ ਯੂ। ਤਾਂ ਉਹਨਾਂ ਨੇ ਮੈਨੂੰ DC ਲਾਤਾ ਬਰਨਾਲੇ ਦਾ, ਪ੍ਰਵਾਨਗੀ ਦੀ ਆਸ ਨਾਲ ਵੀ IAS ਇਹਨਾਂ ਨੇ ਬਣੀ ਜਾਣਾ। ਹਾਂ, ਮੈਨੂੰ DC ਲਾਇਆ, ਐਜ PCS ਲਾਤਾ। 6 ਮਹੀਨੇ ਬਾਅਦ ਮੇਰਾ ਨੋਟੀਫਿਕੇਸ਼ਨ ਹੋਇਆ, ਮੈਂ 6 ਮਹੀਨੇ ਐਜ PCS ਨਹੀਂ ਸੀ ਰਿਹਾ ਬਰਨਾਲੇ ਦਾ।
ਅਤੇ ਬਰਨਾਲੇ ਫਿਰ ਉੱਥੇ ਕੀਤੂ ਤੋਂ ਜ਼ਮੀਨ ਛਡਾਈ, ਉੱਥੇ ਪੰਗੇ ਪਏ, ਹੋਰ ਕਈ ਹੋਏ ਉੱਥੇ, ਜਿਹੜਾ ਬੜੇ ਸੈਟਿਸਫੈਕਸ਼ਨ ਨਾਲ ਹੋਇਆ। ਫਿਰ ਮੈਨੂੰ ਟੀਰ ਸਾਹਿਬ ਹਾਂਜੀ ਮੈਂ ਹਾਂਜੀ ਮੈਨੂੰ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਤੁਹਾਡਾ ਸ਼ੁਰੂ ਤੋਂ ਲਗਾ ਸੀ ਹਲਕੇ ਕਰ ਨਾਨਕ? ਮੈਨੂੰ ਤਾਂ ਸਰਪੰਚ ਵੀ ਰਿਹਾ, ਮੇਰੀ ਮਾਸੀ ਉਹਨਾਂ ਦੇ ਸਾਲੇ ਨੂੰ ਮੈਰਿਡ ਹੈ। ਤੁਸੀਂ ਅਕਾਲੀ ਦਲ 'ਚ ਵੀ ਰਹੇ ਸ਼ੁਰੂ ਤੋਂ? ਮੈਂ ਅਕਾਲੀ ਦਲ 'ਚ ਵੀ ਲੈ ਲਓ, ਜਦੋਂ ਜਿਹਦੇ ਤੋਂ ਮੈਂ ਨੌਕਰੀ ਨਹੀਂ ਸੀ ਕਰਦਾ ਤਾਂ ਅਕਾਲੀ ਦਲ 'ਚ ਵੀ ਸੀਗਾ, ਸਰਪੰਚ ਵੀ ਸੀ ਅਤੇ ਆਪਣਾ ਉਹਨਾਂ ਦਾ ਸਪੋਰਟਰ ਵੀ ਸੀ, ਰਿਸ਼ਤੇਦਾਰੀ ਬਣ ਗਈ ਉਹਨਾਂ ਨੂੰ, ਰਿਸ਼ਤੇਦਾਰੀ ਵੀ ਸੀਗੀ। ਹਾਂ ਅਤੇ ਆਪਣਾ ਹੀ ਯੂਜ਼ ਟੂ ਸਟੈਂਡ ਵਿਦ ਮੀ, ਐਂਡ ਮੈਂ ਵੀ ਖੜਾ ਰਿਹਾ, ਮੇਰੀਆਂ ਬਦਲੀਆਂ ਵੀ ਹੋਈਆਂ, ਮੈਨੂੰ ਉਹਨਾਂ ਦੇ ਨਾਲ ਨੁਕਸਾਨ ਵੀ ਬਹੁਤ ਹੋਇਆ ਲੇਕਿਨ ਫਾਇਦਾ ਵੀ ਹੋਇਆ। ਮਤਲਬ ਇਹ ਚੀਜ਼ ਕੁੱਲ ਮਿਲਾ ਕੇ ਮੈਂ ਅੱਜ ਤੱਕ ਵੀ ਮੈਂ ਬਾਦਲ ਦੇ ਗੋਡੇ ਹੱਥ ਸੀ ਕਦੇ ਲਾਏ, ਮੈਂ ਢੀਂਡ ਸਾਹਿਬ ਦੇ ਹੁਣ ਵੀ ਲਾਉਣਾ, ਉਦੋਂ ਵੀ ਲਾਉਣਾ ਸੀ ਅਤੇ ਲਾਉਂਦਾ ਵੀ ਰਹੂੰਗਾ। ਇਸ ਕਰਕੇ ਕੋਈ ਵੱਡੇ ਨੇ ਮੇਰੇ ਸਤਿਕਾਰਯੋਗ ਨੇ, ਉਹਨਾਂ ਦੀ ਕੋਈ ਪਾਰਟੀ ਹੋਵੇ, ਕੋਈ ਪਾਰਟੀ ਹੋਵੇ, ਰਿਸਪੈਕਟ ਆਫ ਦਿਸ ਥਿੰਗ। ਅਤੇ ਚਲੋ ਉੱਥੋਂ ਮੈਂ ਮੈਨੂੰ ਕਹਿੰਦੇ ਤੂੰ ਐਂ ਕਰ, ਤੂੰ ਯਾਰ ਬਰਨਾਲੇ ਰਹਿ, ਤੈਨੂੰ ਨਾ ਬਰਨਾਲੇ ਟਿਕਟ ਦਵਾ ਦਾਂਗੇ, ਕੀਤੂ ਤੋਂ ਲੋਕ ਔਖੇ ਨੇ, ਤੂੰ ਬਰਨਾਲੇ ਤੂੰ ਬਹੁਤ ਪਾਪੂਲਰ ਹੋ ਗਿਆ, ਤੂੰ MLA ਬਣ ਜਾਏਗਾ। ਮੈਂ ਜੀ ਪਹਿਲਾਂ ਦਿੜਬਾ ਫਿਰ ਲਹਿਰਾ ਫਿਰ ਕਰਦੇ ਕਰਦੇ ਤੁਸੀਂ ਮੈਨੂੰ ਘੁਮਾ ਕੇ, ਮੈਂ ਤਾਂ ਹੁਣ ਮੈਂ ਛੱਡ ਹੀ ਦਿੱਤਾ, ਮੈਂ ਇਲੈਕਸ਼ਨ ਲੜਦੀ ਮੈਂ ਨਹੀਂ ਲੜਦੀ ਠੀਕ। ਅਤੇ ਮੈਂ ਸੁਰੂ ਆ ਕੇ ਮੈਂ ਜਿਹੜਾ ਸੀਗਾ ਜਿਹਨੇ ਰੈਵਨਿਊ ਮਹਿਕਮੇ ਦੇ ਜਿਹੜੇ ਬੰਦੇ ਸੀਗੇ, ਸਭ ਤੋਂ ਪਹਿਲਾਂ ਲੈਂਡ ਰਿਕਾਰਡ ਕੰਪਿਊਟਰਾਈਜੇਸ਼ਨ ਕੀਤਾ, ਫੋਨ ਮੈਂ ਕਰਦੇ ਸ਼ਾਮ ਨੂੰ ਕਿਸੇ ਤੋਂ ਕਿਸੇ ਦੇ ਪੈਸੇ ਤਹਿਲੇ ਤਹਿਸੀਲਾਂ ਤੋਂ ਪਟਵਾਰੀਆਂ ਤੋਂ ਹੋਰਾਂ ਤੋਂ, ਮਤਲਬ ਕਰਪਸ਼ਨ ਦੀ ਜਿਹੜੀ ਮੂਵਮੈਂਟ ਸੀ ਜਿਹੜੀ ਸਕਸੈਸਫੁੱਲ ਉਹ ਮੈਂ ਸੁਰੂ ਤੋਂ ਸ਼ੁਰੂ ਕੀਤੀ ਸੀਗੀ। ਅਤੇ ਲੋਕ ਜਿਹੜੇ ਨੇ ਇੰਨਾ ਆਮ ਆਦਮੀ ਦੇ ਅੱਜ ਦੀ ਗੌਰਮੈਂਟ ਤੋਂ ਸੀ ਡਰਦੇ, ਜਿੰਨਾ ਹਰਕੇ ਸਿੱਧੂ ਡੀ ਸੀ ਤੋਂ ਡਰਦੇ ਸੀਗੇ ਕਿ ਵੀ ਛੱਡੂਗਾ, ਤਾਂ ਮਨਿਸਟਰ ਨੂੰ ਪੈਸੇ ਦਿੰਦੇ ਸੀ ਜਿਹੜੇ ਆਪਣੇ ਤਹਿਸੀਲਦਾਰ ਕਿ ਜੀ ਸਾਨੂੰ ਸੁਰੂਰ ਤੋਂ ਬਦਲ ਦਿਉ ਪੈਸੇ ਲੈ ਲਓ। ਇੱਕ ਸ਼ਾਇਦ ਤੁਸੀਂ DO ਵੀ ਅੰਦਰ ਕਰਾਇਆ ਸੀ ਕੰਪਿਊਟਰ ਘੁਟਾਲੇ ਵਾਲੇ ਮਾਮਲੇ 'ਚ, ਜੇ ਤੁਹਾਡੇ ਯਾਦ ਹੋਵੇ, ਪ੍ਰਬੋਧ ਕੁਮਾਰ ਮੇਰੇ ਉਹਦਾ ਨਾਂ ਯਾਦ ਆ ਰਿਹਾ, ਉਹ ਕੀ ਕਹਾਣੀ ਸੀ? ਅਤੇ ਮੈਨੂੰ ਉਹਦਾ ਮੇਰੇ ਜਿਹੜਾ ਕਿੱਥੇ ਦੀ ਗੱਲ ਸੀ? ਕੰਪਿਊਟਰ DO ਸੀ ਉਹ ਲੱਗਿਆ ਹੋਇਆ, ਕੰਪਿਊਟਰ ਖਰੀਦਣੇ ਸੀਗੇ, ਉਹ ਘਟੀਆ ਖਰੀਦ ਲਏ ਸੀਗੇ, ਉਹਨੂੰ ਵੀ ਜੇਲ੍ਹ ਪਹੁੰਚਾਇਆ ਸੀ। ਹਾਂ ਹਾਂ ਅਤੇ ਉਹਨਾਂ ਨੇ ਕੰਪਿਊਟਰ ਜਿਹੜੇ ਸੀਗੇ ਉਹਨਾਂ ਨੂੰ ਜਿਹੜੀ ਕੈਲੀਬਰੇਸ਼ਨ ਜਾਂ ਉਹਨਾਂ ਦੀ ਸਾਰੀ ਨਹੀਂ ਸੀ ਮਿਲਦੀ, ਮੈਨੂੰ ਆ ਕੇ ਦੱਸਿਆ ਅਤੇ ਮੈਂ ਉਹਨੂੰ ਪੁੱਛ ਕੀਤਾ, ਮੈਂ ਨਹੀਂ ਜਾਂ ਦੇਖੋ ਰੇਟ ਡਬਲ ਠੁੱਕੇ ਹੋਏ ਸੀ ਕਹਿੰਦੇ, ਅਤੇ ਬਾਕੀ ਉਹਦੇ ਖਿਲਾਫ ਪਰਚਾ ਦਰਜ ਕਰਾਓ। ਅਤੇ ਜਦੋਂ ਬਰਨਾਲੇ ਸੀਗਾ ਜਿਹੜਾ ਕਾਂਗ ਰਜਿੰਦਰ ਉਹ ਸੀਗਾ, ਇੱਕ ਦੋ ਕਾਂਗ ਇੱਕ ਰਜਿੰਦਰ ਸਿੰਘ ਵਾਲੇ ਗੋਬਿੰਦ, ਦੋਵਾਂ ਦਾ ਕਨਫਿਊਜ਼ਨ ਸੀ। ਗੋਬਿੰਦ ਕਾਂਗਲਾ ਸਾਬਕਾ ਮੰਤਰੀ ਸੀਗਾ, ਗੋਬਿੰਦ ਕਾਂਗਲਾ ਅਤੇ ਮੈਂ ਜਦੋਂ ਬੈਂਕ ਦਾ PAD 'ਚ ਮੈਂ ਕਲਰਕ ਸੀ, ਇਹ ਕੋਵਿਡ ਬੈਂਕ ਦੇ ਵਿੱਚ ਕੋਵਿਡ ਬੈਂਕ ਵਿੱਚ ਸਬ ਇੰਸਪੈਕਟਰ ਸੀ, ਅਸੀਂ ਦੋਨੇ ਇੱਕ ਟੇਬਲ 'ਤੇ ਨੇੜੇ ਨੇੜੇ ਬਹਿੰਦੇ ਸੀ, ਪੁਰਾਣੇ ਜਾਣਕਾਰ ਸੀ। ਤਾਂ ਇਹਦਾ ਮੁੰਡਾ ਉੱਥੇ ਕਲਰਕ ਲੱਗਿਆ ਹੋਇਆ ਸੀਗਾ, ਉਹ ਰਜਿਸਟਰੀ ਕਲਰਕ ਲੱਗਿਆ ਹੋਇਆ ਸੀਗਾ। ਤਾਂ ਤਹਿਸੀਲਦਾਰ ਹੋਰ ਸਾਰੇ ਪਟਵਾਰੀ ਉਹ ਕਹਿੰਦਾ ਜੀ ਸਾਡਾ ਤਾਂ ਜੀ ਬਾਕੀ ਸਾਡੀ ਸਰਕਾਰ ਹੈ ਜੀ, ਆਪਣੀ ਫੀਸ ਤਾਂ ਇੱਥੇ ਦੇਣੀ ਪਊ ਜੀ। ਮੈਨੂੰ ਕਈਆਂ ਨੇ ਕਿਹਾ ਜੀ ਕਿ ਉਹ ਕਹਿੰਦਾ ਜੀ ਉਹਦੀ ਫੀਸ ਬਾਕੀ ਤਾਂ ਹੋ ਗਿਆ ਵੀ ਉਹ ਗੱਲਾਂ ਨਹੀਂ ਆਉਂਦਾ। ਮੈਂ ਵੀ ਚੰਗਾ ਕਰੋ ਬਿਜਲੈਸ ਕੋਲ ਜਾਓ, ਬਿਜਲੈਸ ਵਾਲੇ ਧਨੌ ਲਿਆ ਕੇ ਅੜ ਗਏ, ਉਹਨਾਂ ਨੇ ਕਹਿੰਦੇ ਮੰਤਰੀ ਦਾ ਮੁੰਡਾ ਪੰਗਾ ਖੜਾ ਹੋ ਜੂਗਾ ਪੁੱਤਰ। ਮੈਨੂੰ ਖੜਕਾਇਆ ਬਹੁਤ, ਅਤੇ ਅਖੀਰੀ ਉਹਨਾਂ ਨੇ ਆ ਕੇ ਉਹਨੂੰ ਫੜ ਲਿਆ, ਉਹਨਾਂ ਨੇ ਫੜ ਲਿਆ ਤਾਂ ਉਹਨੇ ਢੀਂਡ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਜੀ GC ਨੇ ਮੇਰਾ ਮੁੰਡਾ ਫੜਾ ਤਾ, ਅਤੇ ਨਾਲੇ ਉਹ ਜਾਤੀ ਸ਼ਬਦ ਵਰਤ ਕੇ ਐਂ ਕੀਤਾ, ਬਾਅਦ 'ਚ ਤਾਂ ਜੀ ਬੋਲੀ 'ਚ ਪਾ ਕੇ ਕੁੱਟਣ ਕਿਹਾ ਵੀ ਕੁੱਟੋ ਹੋਰ ਕਰੋ। ਅਤੇ ਪਰ ਮੈਂ ਫੜਾਇਆ ਵੀ ਅਤੇ ਮੈਨੂੰ ਸਵਾਦ ਵੀ ਆਇਆ, ਉਦੋਂ ਬਾਅਦ ਦਹਿਸ਼ਤ ਪੈ ਗਈ ਕਿ ਵੀ ਕਾਨੂੰਨ ਇਜ਼ ਕਾਨੂੰਨ ਚਿਕਨ। ਅਤੇ ਉਦੋਂ ਮੰਤਰੀ ਸੀਗਾ ਸਾਬਕਾ ਸੀ, ਹਲਕਾ ਸੀ, ਇਲੈਕਸ਼ਨ ਹਾਰ ਚੁੱਕਿਆ ਸੀ, ਪਰ ਰੂਲਿੰਗ ਜਿਹੜਾ ਰੂਲਿੰਗ ਪਾਰਟੀ ਦਾ ਉਹਦਾ ਕੁੱਤਾ ਵੀ ਮੰਤਰੀ ਹੁੰਦਾ ਹੈ, ਮਤਲਬ ਹਲਕਾ ਇੰਚਾਰਜ ਜਿਹੜਾ ਉਹ ਦਿੱਲੀ CM ਹੁੰਦਾ ਹੈਗਾ। ਹਾਂ ਅਤੇ ਫਿਰ ਅਸੀਂ ਸੁਰੂਰ ਆ ਗਏ, ਸੁਰੂਰ ਆ ਕੇ ਜਿਹੜੀਆਂ ਪਟਵਾਰੀਆਂ ਦੀ ਹੜਤਾਲ ਹੋਈ, ਤਹਿਸੀਲਾਂ ਦੀ ਹੜਤਾਲ ਹੋਈ, ਉਹ ਹੜਤਾਲ ਮੈਂ ਉਹਨਾਂ ਨੂੰ ਉਹ ਮਾਫੀ ਮੰਗ ਕੇ ਮੈਥੋਂ ਦੋ ਦਿਨਾਂ ਬਾਅਦ ਕਿ ਜੀ ਅਸੀਂ ਹੜਤਾਲ ਵਾਪਸ ਲੈਂਦੇ ਹਾਂ, ਉਹਨਾਂ ਨੇ ਕੀਤੀ। ਤਾਂ ਉੱਥੇ ਇੱਕ ਜਿਹੜੀ ਹੋਰ ਇੱਕ ਜਿਹੜੀ ਲੈਂਡਮਾਰਕ ਕੰਮ ਹੋਇਆ ਉਹ ਹੋਇਆ ਕਿ ਆਪਣੇ ਫਰਟੀਲਾਈਜ਼ਰ ਜਿਹੜੀ ਆਉਂਦੀ ਸੀ ਨਾ ਅੱਗੇ ਪਹਿਲਾਂ ਉਹ ਆਉਂਦੀ ਸੀਗੀ ਉਹਦੇ ਤੋਂ ਕੋਆਪਰੇਟਿਵ ਦੇ ਰਾਹੀਂ, ਮਾਰਕਫੈਡ ਦੇ ਰਾਹੀਂ ਆਉਂਦੀ ਸੀਗੀ, ਮਾਰਕਫੈਡ ਤੋਂ ਉਹ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਵੰਡੀ ਜਾਂਦੀ ਸੀਗੀ। ਕਿਸੇ ਨੇ ਲੋਨ ਲੈਣਾ, ਕਿਸੇ ਨੇ ਕੋਈ ਕੋਈ ਆਪਣਾ ਕੋਈ ਨਾਲ ਉਹ ਕਰਨਾ, ਉਹਨਾਂ ਨੂੰ ਸੁਸਾਇਟੀ ਨੂੰ ਮੁਨਾਫਾ ਜਾਂਦਾ ਸੀਗਾ, ਗੌਰਮੈਂਟ ਦਾ ਅਦਾਰਾ ਸੀਗਾ। ਤਾਂ ਇਹਨਾਂ ਤੋਂ ਇੱਕ ਮਿਸਟਰ ਮਕਈ ਸੀਗੇ ਜਿਹੜੇ MLA ਸੀਗੇ ਇੱਧਰ ਅਤੇ ਆਪਣੇ ਦੇ, ਉਹਨਾਂ ਦੇ IFFCO ਕ੍ਰਿਫਕੋ NFL ਉਹਨੇ ਕਈ ਉਹਨਾਂ ਦੀਆਂ ਏਜੰਸੀਆਂ ਨੇ ਪੰਜਾਬ ਦੇ ਵਿੱਚ, ਮਤਲਬ ਉਹਨਾਂ ਦਾ ਬੜਾ ਵੱਡਾ ਬਿਜਨਸ ਹੈਗਾ। ਉਹਨਾਂ ਨੇ ਕਹਿ ਲਿਆ ਕਿ ਜਿੰਨੀ ਵੀ ਪੰਜਾਬ ਦੇ ਵਿੱਚ ਫਰਟੀਲਾਈਜ਼ਰ ਆਏਗੀ ਉਹ ਸਾਰੀ IFFCO ਕ੍ਰਿਫਕੋ ਅਤੇ ਉਹਦੇ ਰਹਿ ਜਾਏਗੀ ਪੰਜਾਬ ਦੇ ਵਿੱਚ, ਨਾਟ ਓਨਲੀ ਸੁਰੂ ਜ਼ਿਲ੍ਹੇ 'ਚ, ਕਿ ਉਹ ਸਾਰੀ ਉਹਨਾਂ ਦੇ ਰਹਿ ਜਾਏਗੀ। ਤਾਂ ਮੇਰੇ ਕੋਲ ਇਹ ਉਗਰਾਹਾਂ ਦੇ ਜਿਹੜੇ ਸੀਗੇ ਬੰਦੇ ਜਿਹੜੇ ਆਏ ਤੂੰ 20-25 ਕਿ ਅਸੀਂ ਡੀ ਸਾਹਿਬ ਤੁਹਾਨੂੰ ਮੈਮੋਰੈਂਡਮ ਦੇਣ ਆਇਆ, ਅਸੀਂ ਨਾ ਜਿਹੜੀ ਪਾਤਲਾ ਮਲੇਰਕੋਟਲਾ ਰੋਡ ਹੈ ਉਹ ਅਸੀਂ ਬੰਦ ਕਰਨੀ ਆ। ਮੈਂ ਕੀ ਗੱਲ ਹੋ ਗਈ ਯਾਰ, ਤੂੰ ਬੰਦ ਕਿਉਂ ਕਰਨੀ ਆ?
ਕਹਿੰਦੇ ਜੋ ਗੌਰਮੈਂਟ ਨੇ ਇੱਕ ਫੈਸਲਾ ਗਲਤ ਕਰਤਾ। ਮੈਂ ਯਾਰ ਮੈਂ ਇੱਥੇ ਬੈਠਾ, ਜੱਟ ਬੈਠਾ, ਕਿਸਾਨ ਬੈਠਾ, ਤੁਹਾਡਾ ਭਾਈ ਬੈਠਾ, ਅਤੇ ਉਹ ਕਹਿੰਦੇ ਤੁਹਾਡੇ ਵਾਸਦਾ ਰੋਗ ਨਹੀਂ ਜੀ, ਕੋਈ ਪੰਜਾਬ ਲੈਵਲ ਦਾ ਫੈਸਲਾ। ਮੈਂ ਸੂਰਜਲ ਤਾਂ ਆਪਣੇ ਕੋਲ ਹੈ ਨਾ, ਉਹਨੇ ਮੈਨੂੰ ਦਿਖਾਇਆ, ਮੈਂ ਤਾਂ ਬਹੁਤ ਗਲਤ ਗੱਲ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰਿਆਂ ਨੂੰ ਚਾਹ ਪਿਆ ਦਿੱਤਾ, 20-25 ਮਿੰਟ ਚਾਹ 'ਤੇ ਲੱਗ ਗਏ। ਮੈਂ ਆਪਣਾ ਸਟੈਨੋ ਬੁਲਾਇਆ, ਮੈਂ ਵੀ ਲਿਖ ਕੇ, ਮੈਂ ਹਰਕੇਸ਼ ਸਿੰਘ ਸਿੱਧੂ ਡਿਸਟ੍ਰਿਕਟ ਮੈਜਿਸਟਰੇਟ 144 ਦੀਆਂ ਅਖਤਿਆਰਾਂ ਨੂੰ ਵਰਤਿਆ ਹੋਇਆ, ਕਾਨੂੰਨ ਅਤੇ ਅਮਨ ਦੀ ਸਥਿਤੀ ਨੂੰ ਮੱਦੇ ਨਾਲ ਰੱਖਦਾ, ਇਹ ਇੱਕ ਤਰਫਾ ਹੁਕਮ ਪਾਸ ਕਰਦਾ ਕਿ ਜਿੰਨੀ ਵੀ ਖਾਦ ਰੇਲਵੇ ਸਟੇਸ਼ਨ ਰਾਹੀਂ ਜਾਂ ਟਰੱਕਾਂ ਰਾਹੀਂ ਜਾਂ ਰਾਹੀਂ ਆਏਗੀ, ਉਹ ਕੋਆਪਰੇਟਿਵ ਦੇ ਮਹਿਕਮੇ ਰਾਹੀਂ ਅਤੇ ਮਾਰਕਫੈਡ ਰਾਹੀਂ ਕੋਲ ਵੰਡੀ ਜਾਏਗੀ। ਇਹ ਹੁਕਮ ਪਾਸ ਕੀਤਾ ਜਾਂਦਾ, ਉਹਨਾਂ ਨੂੰ ਚਿੱਠੀ ਫੜਾ ਤੇ ਉਹਨਾਂ ਨੂੰ ਚੱਲੇ ਕਿ ਚਲੇ ਗਏ, ਤਾਂ ਕੋਵਿਡ ਵਾਲੇ ਵੀ ਨਾਲ ਬੈਠੇ ਸੀਗੇ। ਉਹਨੇ ਜਾ ਕੇ ਸੁਰੇਸ਼ ਕੁਮਾਰ ਨੂੰ ਫੋਨ ਕਰਤਾ, ਜਿਹੜੇ ਉਦੋਂ ਇੱਕ ਸੈਕਟਰੀ ਕੋਆਪਰੇਸ਼ਨ ਸੀ। ਮੈਨੂੰ ਉਹਦਾ ਫੋਨ ਆਇਆ ਕਿ ਹਰਕੇਸ਼ ਸਿੰਘ, ਤੈਨੂੰ ਪਤਾ ਹੈ ਸੀ ਐੱਮ ਸਾਹਿਬ ਦਾ ਹੁਕਮ ਹੈ ਕਿ ਤੂੰ ਰੇਲਵੇ ਟਰੈਕ 144 ਕਿਵੇਂ ਲਗਾ ਸਕਦਾ। ਮੈਂ ਜੀ ਮੈਂ ਰੱਬ ਤੋਂ ਡਰ ਕੇ ਕਹਿੰਦਾ, ਮੈਂ ਨਹੀਂ, ਜਿਹੜਾ ਵੀ ਡਿਸਟ੍ਰਿਕਟ ਮੈਜਿਸਟਰੇਟ ਆ, ਜੇ ਲੋਕ ਹਿੱਤਾਂ ਦੀ ਰਾਖੀ ਲਈ ਉਹ ਇਹ ਵੀ ਹੁਕਮ ਪਾ ਦਿੰਦੇ ਕਿ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਪਰਿੰਦਾ ਉੱਡੇਗਾ ਨਹੀਂ, ਕਿ ਰੇਲ ਗੱਡੀ ਚੱਲੇਗੀ ਨਹੀਂ, ਕੋਈ ਮੇਰੇ ਜ਼ਿਲ੍ਹੇ ਤੋਂ ਦੀ ਜਹਾਜ਼ ਹੀ ਲੰਘੇਗਾ ਜੇ ਲੋਕ ਹਿੱਤਾਂ ਦੀ ਰਾਖੀ। ਉਹ ਧਰਤੀ ਤਾਂ ਲਗਾ ਸਕਦੇ ਨਾ, 144 ਲਗਾ ਸਕਦਾ ਲੋਕ ਹਿੱਤਾਂ ਦੀ ਰਾਖੀ ਵਾਸਤੇ, ਮੇਰਾ ਕੁਝ ਕਹਿੰਦਾ ਚੰਗਾ ਓਕੇ, ਚੁੱਪ ਕਰ ਗਿਆ। ਅੱਧੇ ਘੰਟੇ ਬਾਅਦ ਮੈਨੂੰ ਕੰਗ ਸਾਹਿਬ ਸੀਗੇ ਜਿਹੜੇ FCD, ਉਹ ਕਹਿੰਦੇ ਯਾਰ ਇਹ ਤਾਂ CM ਸਾਹਿਬ ਦਾ ਲਿਖਤੀ ਹੁਕਮ ਹੈ, ਮੇਰੇ ਮਹਿਕਮੇ ਰਾਹੀਂ ਹੋਇਆ ਐਗਰੀਕਲਚਰ ਰਾਹੀਂ, ਤੂੰ ਦੇਖ ਲੈ, ਇਹ ਤੈਨੂੰ ਪੰਗਾ ਨਾ ਪੈ ਜਾਵੇ। ਕਹਿੰਦੇ ਤੇਰੀ ਲੱਤਾਂ ਜਾਨ ਹੈਗੀ? ਮੈਂ ਲੱਤਾਂ 'ਚ ਹੋਵੇ ਨਾ, ਪਰ ਦਿਲ 'ਚ ਜਾਨ ਹੈਗੀ। ਚਲੋ ਕਹਿੰਦੇ ਠੀਕ ਆ। ਮੈਨੂੰ ਸ਼ਾਮ ਨੂੰ 6 ਵਜੇ ਚਾਈਨਾ 'ਚੋਂ ਫੋਨ ਆਇਆ ਸੁਖਬੀਰ ਸਿੰਘ ਬਾਦਲ ਦਾ ਕਿ ਉਹ DC ਸਾਹਿਬ ਕੀ ਹੋ ਗਿਆ। ਮੈਂ ਹਾਂ ਜੀ, ਆਪਾਂ ਅਕਾਲੀ, ਆਪਾਂ ਪੇਂਡੂ, ਆਪਾਂ ਜੱਟ, ਆਪਣਾ ਵੋਟ ਲਾ ਰਹੇ ਹਾਂ ਸਾਰਾ, ਅਤੇ ਉਹ CM ਸਾਹਿਬ ਤੋਂ ਗਲਤ ਆਰਡਰ ਪਾਸ ਕਰਾ ਗਿਆ ਆਪਣਾ ਬੰਦਾ, ਅਤੇ ਆਪਣੇ ਸਾਰੇ ਹਾਹਾਕਾਰ ਮੱਚ ਰਹੀ ਹੈ, ਸਾਰੇ ਹੜਤਾਲਾਂ ਹੋ ਰਹੀਆਂ ਦੂਰੇ। ਕਹਿੰਦੇ ਕਿ ਮੈਂ ਜੀ ਆਹ ਕਰ, ਕਹਿੰਦੇ ਯਾਰ ਉਹਨੂੰ ਥੋੜ੍ਹਾ ਬੋਟਾ ਦੇ ਦਿਓ, ਉਹਨੂੰ ਥੋੜ੍ਹਾ ਬੋਟਾ ਦੇ ਦਿਓ, ਨਹੀਂ ਨਹੀਂ ਵੀ ਉਹਨੂੰ ਜੇ ਤੁਸੀਂ ਕੋਟਾ ਦੇ ਦਿਓ, ਕੋਟਾ ਦੇ ਦਿਓ। ਹਾਂ, ਅਤੇ ਉਹ ਨੈਕਸਟ ਡੇ 3 ਵਜੇ ਮੇਰੇ ਕੋਲ ਉਹ ਆਇਆ MLA, ਮੇਰੇ ਕੋਲ ਆਇਆ MLA, ਤਾਂ ਮੈਂ ਉਹਨੂੰ ਖਾਸਾ ਖੜਕਾਇਆ ਮੇਰਾ ਤਾਂ। ਮੈਂ ਯਾਰ ਕੀ ਗੱਲ ਹੈਗਾ, ਤੁਸੀਂ ਚਾਹ ਜੀ ਪਿਓ, ਮੈਨੂੰ ਕਹਿੰਦੇ ਸਾਨੂੰ ਕੁਛ ਨਾ ਕੁਛ ਕਰ ਦਿਓ। ਚਲੋ ਮੈਂ ਕਰਤਾ, ਮੈਂ ਇਹਨੂੰ 20% ਦੇ ਦਿਓ। ਮੈਂ ਸਾਡੇ ਮੇਰੇ ਕੋਲ ਫਟਾਫਟ ਮੇਰੇ ਹੁਕਮਾਂ ਦੀ ਕਾਪੀ ਬਰਨਾਲਾ, ਮਾਨਸਾ, ਬਠਿੰਡਾ ਅਤੇ ਲੁਧਿਆਣਾ ਅਤੇ ਇਹਨਾਂ ਜ਼ਿਲ੍ਹਿਆਂ ਦੇ DC ਨੇ ਮੇਰੇ ਹੁਕਮਾਂ ਦੀ ਕਾਪੀ ਲੈ ਕੇ ਉਹਨਾਂ ਨੇ ਵੀ 147 ਲਗਾ ਦਿੱਤੀ। ਹੁਣ ਆਪਣੀ ਗੱਲ ਲੰਮੀ ਹੋ ਰਹੀ ਹੈ, ਇੱਕ ਦੋ ਮਿੰਟਾਂ ਦੇ ਵਿੱਚ ਵੱਡੀਆਂ ਗੱਲਾਂ ਕੁਛ ਤੁਸੀਂ ਜੇ ਦੱਸ ਸਕੋ, ਆਪਣੀ ਲਾਈਫ ਦਾ ਤਜਰਬਾ DC ਦੌਰਾਨ ਜਾਂ ਵੱਡੇ ਜੋ ਪੋਸਟਾਂ 'ਤੇ ਰਹੇ। ਅਤੇ ਇਹ ਜਿਹੜਾ ਸੀਗਾ ਅਤੇ ਮੇਰਾ ਹੁਕਮ ਹੋਇਆ, ਮੈਨੂੰ ਇਸ ਗੱਲ ਦੀ ਜਿਹੜੀ ਸੀਗੀ ਉਹ ਖੁਸ਼ੀ ਹੋਈ। ਅਤੇ ਉਸ ਤੋਂ ਬਾਅਦ ਫੂਡ ਸਪਲਾਈ ਦੇ ਵਿੱਚ ਜਿਹੜੇ ਕੈਰੋ ਸਾਹਿਬ ਸੀਗੇ, ਮੈਨੂੰ ਕਪੂਰਥਲੇ ਤੋਂ ਹੁੰਦਾ ਹੈ, ਮੇਰੇ ਬਰਨਾਲੇ ਸਰੂਰ ਚਲੇ ਗਿਆ, ਅਤੇ ਸਰੂਰ ਤੋਂ ਕਪੂਰਥਲੇ ਚਲੇ ਗਿਆ, ਕਪੂਰਥਲੇ ਮੈਂ ਚਲਾ ਗਿਆ ਆਪਣੇ ਡਾਇਰੈਕਟਰ ਫੂਡ ਸਪਲਾਈ। ਉਹ ਕੁਛ ਬੜੇ ਮਿੱਠੇ ਪੈਰੇ ਤਰੀਕੇ ਦੇ ਨਾਲ ਕੋਈ ਕਾਲਾ ਵਾਲਾ ਕਰ ਵੀ ਸੀ, ਮੈਂ ਕਿਹਾ ਨਹੀਂ, ਮੈਂ ਮੇਰੀ ਬਦਲੀ ਕਰ ਦਿਉ, ਮੇਰੀ ਬਦਲੀ ਉੱਥੋਂ ਹੋ ਗਈ, ਲੜਾਈ ਲੜਦੇ ਰਹੇ। ਅਤੇ ਫਿਰ ਮੈਂ ਅਡੀਸ਼ਨਲ ਡਾਇਰੈਕਟਰ ਲਗਾ ਤਾ, ਬੜੀ ਖੂਜੇ ਵਾਲੀ ਪੋਸਟ ਸੀਗੀ ਉਹਦੇ 'ਚ, ਆਪਣੇ 'ਚ ਮਹਾਤਮਾ ਗਾਂਧੀ ਇੰਸਟੀਚਿਊਟ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਟ੍ਰੇਨਿੰਗ ਦੇ ਵਿੱਚ, ਉੱਥੇ ਮੈਂ 8-9 ਮਹੀਨੇ ਰਿਹਾ। ਫਿਰ ਮੈਨੂੰ ਲੇਬਰ ਕਮਿਸ਼ਨ ਲਗਾਤਾ, ਲੇਬਰ ਕਮਿਸ਼ਨ ਤੌਰ 'ਤੇ ਮੰਤਰੀ ਜੀ ਸਾਡੇ ਸੀਗੇ ਜੈਨੀ ਸਾਹਿਬ, ਅਤੇ ਉੱਥੇ 800-900 ਕਰੋੜ ਰੁਪਈਆ ਪਿਆ ਸੀਗਾ ਲੇਬਰ ਸੈਸ ਦਾ, ਲੇਬਰ ਫੰਡ ਦਾ। ਉਹਨੂੰ ਆਪਣੇ ਤਰੀਕੇ ਨਾਲ ਵਰਤਾ ਜਾਊ ਸੀ, ਮੈਨੂੰ ਕੋਈ ਪਤਾ ਕਰਪਟ ਜਿਹਾ ਬੰਦਾ ਲਿਆਂਦਾ, ਫਿਰ ਉਹ ਬਾਅਦ ਮੇਰੇ ਇਸ਼ੂ ਦੇ ਖਾਤਾ ਫੜਿਆ ਵੀ ਗਿਆ ਸੀ ਇੱਥੇ 'ਚੋਂ ਇੰਡਸਟਰੀ ਡਿਪਾਰਟਮੈਂਟ 'ਚੋਂ, ਟੈਕਨੀਕਲ ਐਜੂਕੇਸ਼ਨ 'ਚੋਂ। ਅਤੇ ਉੱਥੇ ਵੀ ਆਪਾਂ ਉਹਦੀ ਗਲਤ ਗੱਲ ਨਹੀਂ ਮੰਨੀ, ਤਾਂ ਉੱਥੋਂ ਵੀ ਆਪਾਂ ਉਹਨੂੰ ਬਦਲ ਕੇ ਫਿਰ ਆਪਣਾ ਕਰਤਾ। ਅਖੀਰੀ ਫਿਰ 2-3 ਮਹੀਨਿਆਂ ਬਾਅਦ ਆਪਾਂ ਆਪਣੇ ਘਰ ਨੂੰ ਆਪਣੀ ਇੱਜ਼ਤ ਲੈ ਕੇ ਰਿਟਾਇਰ ਹੋ ਕੇ ਆ ਗਈ। ਤੁਹਾਡਾ ਐਵੇਂ ਦਾ ਤਜਰਬਾ ਕਿ ਜਿਹੜੇ ਪੋਲੀਟੀਕਲ ਲੋਕ ਨੇ ਉਹੀ ਅਫਸਰਾਂ ਨੂੰ ਖਰਾਬ ਕਰਦੇ ਆ, ਉਹੀ ਆਪਣੇ ਹਿਸਾਬ 'ਤੇ ਸਿਸਟਮ ਚਲਾਉਣਾ ਚਾਹੁੰਦੇ ਆ, ਤਾਂ ਜਿਹੜੀ ਕਰਪਸ਼ਨ ਨੂੰ ਰੁਕ ਨਹੀਂ ਰਹੀ। ਦੇਖੋ, ਜਿਹੜੇ ਇਹ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ, ਜਿਹੜੇ ਸਾਡੇ ਬੰਦੇ ਨੇ ਗਏ ਉਹ ਪੋਸਟਾਂ 'ਤੇ ਜਾ ਕੇ ਲੱਗਦੇ ਨੇ, ਜੋ ਲਾਉਂਦੇ ਨੇ ਬਿੱਡ ਦਿੰਦੇ ਨੇ ਕਿ ਮੈਨੂੰ ਇੱਥੇ ਲਾਓ ਜੀ, ਮੈਨੇ ਪੈਸੇ ਦਊਂਗਾ। ਬਹੁਤ ਸਾਰੇ ਬੰਦੇ ਜਿਹੜੇ ਨੇ ਅੱਗੇ ਪੋਲੀਟੀਕਲ ਬੰਦੇ ਨੂੰ ਪੈਸੇ ਦਿੰਦੇ ਨੇ, ਜਦੋਂ ਸੈਕਟਰੀ ਅਤੇ ਮਿਨਿਸਟਰ ਦੋਨੇ ਰਲ ਜਾਣ ਤਾਂ ਸਮਝੋ ਬਰਬਾਦੀ ਹੋ ਗਈ, ਜਦੋਂ SHO ਅਤੇ SSP ਰਲ ਗਏ ਸਮਝੋ ਬਰਬਾਦੀ ਹੋ ਗਈ, ਜਦੋਂ DC ਅਤੇ ਤਹਿਸੀਲਦਾਰ ਰਲ ਗਏ, ਪਟਵਾਰੀ ਰਲ ਗਏ ਤਾਂ ਸਮਝੋ ਬਰਬਾਦੀ ਹੋ ਗਈ। ਜੇ ਉਹ ਰਲ ਕੇ ਚੰਗਾ ਕੰਮ ਕਰੇ ਫਿਰ ਤਾਂ ਸਵਰਗ ਹੈ,
ਜਦੋਂ ਜੇ ਮੰਤਰੀ ਅਤੇ ਸੈਕਟਰੀ ਲੜ ਗਏ ਉਹ ਲੁੱਟ ਕੇ ਖਾ ਜਾਣਗੇ, ਉਹਦੀ ਕੋਈ ਸ਼ਿਕਾਇਤ ਨਹੀਂ, ਕਿਤੇ ਕੁਛ ਨਹੀਂ ਹੋਣਾ, ਠੀਕ ਹੈ ਨਾ? ਅਤੇ ਸੋ ਇਹ ਜਿਹੜਾ ਨੇ ਜਿਹੜਾ ਗਠਬੰਧਨ ਜਿਹੜੇ ਉਹ ਬਣਦੇ ਜਾ ਰਹੇ ਨੇ ਉਹ ਲੋਕ ਹਿੱਤਾਂ ਦੇ ਲਈ ਮਾੜੇ ਨੇ। ਲੇਕਿਨ ਜੋ ਅੱਜ ਕੁਛ ਹੋ ਰਿਹਾ ਮੈਂ ਦੇਖ ਰਿਹਾ, ਜਿਹੜਾ ਜਿਹਨਾਂ ਨੇ ਕਾਂਗਰਸੀਆਂ ਨੂੰ ਵੀ ਅਕਾਲੀਆਂ ਨੂੰ ਵੀ ਹੋਰਾਂ ਨੂੰ ਫੜਨ ਦੇ ਰਾਹ ਪਏ ਹੋਏ ਨੇਗੇ, ਭਾਵੇਂ ਚਾਹੇ ਇਹਨੂੰ ਬੇਟਾ ਪੇਸ਼ ਕਰੋ, ਲੇਕਿਨ ਪਿੱਛੇ ਇੱਕ ਸਿਸਟਮ ਆਇਆ ਸੀਗਾ ਕਿ ਤੂੰ ਮੇਰੀ ਟੂਹੀ ਖੁਰਚ ਦੇ, ਮੈਂ ਤੇਰੀ ਟੂਹੀ ਖੁਰਚ ਦੇਣਾ, ਅਤੇ ਹੋਣੀ ਨਹੀਂ। ਮਤਲਬ ਉਹ ਚਾਹੇ ਇਹਨਾਂ ਨੂੰ ਮੁੜ ਕੇ ਫੜਨ, ਇਹਨਾਂ ਨੇ ਆਪਦੇ ਬੰਦੇ ਵੀ ਫੜੇ, ਮਤਲਬ ਕਰਪਸ਼ਨ ਦੇ ਖਿਲਾਫ ਜਿਹੜੀ ਹੈ ਲੋਕਾਂ ਦਾ ਉੱਠਣਾ, ਅੱਜ ਕੱਲ੍ਹ ਹਰੇਕ ਬੰਦਾ ਵੀਡੀਓ ਬਣਾ ਲੈਂਦਾ, ਰਿਕਾਰਡ ਕਰ ਲੈਂਦਾ, ਸੋਸ਼ਲ ਮੀਡੀਆ ਦਾ ਹੋਣਾ, ਇਹ ਇੱਕ ਚੰਗੇ ਨੂੰ ਹੋ ਰਿਹਾ। ਲੇਕਿਨ ਭੁੱਖ ਵੀ ਜਿਹੜੀ ਹੈ ਉਹ ਉਦੋਂ ਵਧੀ ਜਾ ਰਹੀ ਹੈ। ਕਹਿੰਦਾ ਤੂੰ ਪਾਸ ਪਾਸ ਤੂੰ ਡਾਲ ਡਾਲ, ਮਤਲਬ ਜਿਹੜੇ ਚੋਰ ਨੇ ਉਦੋਂ ਗਾਹ ਲੰਘ ਰਹੇ ਨੇ ਅਤੇ ਫੜਨ ਵਾਲੇ ਉਦੋਂ ਗਾਹ ਲੰਘ ਰਹੇ ਨੇ, ਦੇਖੋ ਕਿੱਥੇ ਤੱਕ ਜਾ ਕੇ ਮੁੱਕਦਾ ਹੈਗਾ। ਅਤੇ ਅਲਟੀਮੇਟਲੀ ਲੋਕਾਂ ਦਾ ਜਾਗਰੂਕ ਹੋਣਾ, ਮੀਡੀਆ ਦਾ ਜਾਗਰੂਕ ਹੋਣਾ, ਇਹ ਚੰਗੇ ਸ਼ਗਨਾਂ ਦੀ ਨਿਸ਼ਾਨੀ। ਮੈਂ ਠੀਕ ਹੈ। ਸੋ ਇਹ ਸਨ ਹਰਕੇ ਸਿੰਘ ਸਿੱਧੂ ਜੋ ਸਾਬਕਾ ਆਈ ਐੱਸ ਨੇ, ਕਈ ਥਾਂ 'ਤੇ ਡੀਸੀ ਰਹੇ ਨੇ, ਆਪਣੀ ਜ਼ਿੰਦਗੀ ਦੇ ਤਜਰਬੇ ਦੱਸੇ। ਇਹ ਉਹਨਾਂ ਲਈ ਵੀ ਇੱਕ ਸਾਬਕਾ ਜੋ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੁੰਦੇ ਆ ਕਿ ਕਰਪਸ਼ਨ ਕਿਵੇਂ ਰੋਕੀ ਜਾ ਸਕਦੀ ਹੈ, ਉੱਪਰੋਂ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਪਾਇਆ ਜਾਵੇ, ਆਪਣੇ ਬੰਦਿਆਂ ਦੀ ਕਿਸੇ ਤਰ੍ਹਾਂ ਦੀ ਹਿਮਾਇਤ ਨਾ ਕੀਤੀ ਜਾਵੇ। ਸੋ ਵੱਡੇ ਇਹਨਾਂ ਨੇ ਸਵਾਲ ਸਿਸਟਮ 'ਤੇ ਵੀ ਖੜ੍ਹੇ ਕੀਤੇ ਨੇ। ਸੋ ਅਮਲੀ ਤੌਰ 'ਤੇ ਜੋ ਇਹਨਾਂ ਨੇ ਕੀਤਾ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਆ, ਕਦੇ ਫਿਰ ਇਹਨਾਂ ਨਾਲ ਮੁਲਾਕਾਤ ਜ਼ਰੂਰ ਹੋਏਗੀ। ਕੈਮਰਾਮੈਨ ਜਗਸੀਰ ਦੇ ਨਾਲ ਦਰਸ਼ਨ ਸਿੰਘ ਖੋਖਰ, ਪਟਿਆਲਾ।